ਕਬੱਡੀ ਕੱਪਾਂ ਚੋਂ ਆ ਇੱਕ ਕਬੱਡੀ ਕੱਪ ਡਰੋਲੀ ਭਾਈ ਦਾ ਪੰਜਾਬ ਦੇ ਮੇਰੇ ਵੀਰੋ ਪੂਰੇ ਚੋਟੀ ਦੇ ਕਬੱਡੀ ਕੱਪਾਂ ਦੇ ਵਿੱਚੋਂ ਲਓ ਤੀਜੀ ਕਬੱਡੀ ਪੈਣ ਜਾ ਰਹੀ ਹੈ ਲੈ ਵੀ ਡੱਗੋ ਵਾਲਿਆ ਜੇ ਆਹ ਕਬੱਡੀ ਮੁੜਦਾ ਤਾਂ ਪੂਰਾ 2000 ਹੋਊਗਾ ਲਓ ਪੁਆਇੰਟ ਰੇਡਰ ਦਾ ਲਿਖ ਦਿਓ ਜੀ 2000 ਰੁਪਇਆ ਡੱਗੋ ਰਮਾਨ ਵਾਲੇ ਸਤਨਾਮ ਦੇ ਖਾਤੇ ਚ ਸਾਡਾ ਵੀਰ ਜਿੰਦਾ ਕਨੇਡਾ ਉਹਨਾਂ ਭਰਾਵਾਂ ਵੱਲੋਂ ਹੈ ਮੇਰੇ ਵੀਰ 2000 ਰੁਪਇਆ ਲਓ ਦਾਦਰ ਪਿੰਡ ਦਾ ਗੁੱਗੂ ਲੈ ਵੀਰ ਇਕਬਾਲ ਮੁਸਾਫਰ ਤੱਕ ਇਸ ਪਿੰਡ ਦੀ ਕਬੱਡੀ ਨੂੰ ਛੋਟੀ ਉਮਰ ਇਸ ਨੌਜਵਾਨ ਗੱਭਰੂ ਦੀ ਦੇਖਦੇ ਵੀ ਪੂਰਾ ਜਿਹੜਾ 20 ਸਾਲ ਚੱਲ ਰਿਹਾ ਗੱਭਰੂ ਨੂੰ ਦਾਦਰ ਦੀ ਧਰਤੀ ਦਾ ਗੁੱਗੂ ਕਬੱਡੀ ਪਾ ਰਿਹਾ ਕਿ ਚਾਹੀਦਾ ਸੁਭਾਅ ਮਿੱਠਾ ਜਿਹਾ ਮਲਾਪੜਾ ਤੇ ਪਿੱਠ ਉੱਤੇ ਮਾਪਿਆਂ ਦਾ ਹੋਵੇ ਥਾਪੜਾ ਨਿਤ ਨੇ ਮਾਂਗੂ ਪੈਂਦੀ ਗੇਮ ਪੂਜਣੀ ਸ਼ੌਂਕ ਜੋਧਿਆ ਉਹੀ ਰੁਜ਼ਗਾਰ ਬਣਨਾ ਬੜੇ ਦੁੱਖ ਸਹਿਣੇ ਪੈਂਦੇ ਨੇ ਸਰੀਰ ਤੇ ਸੌਖਾ ਨੀ ਕਬੱਡੀ ਦਾ ਸਟਾਰ ਬਣਨਾ ਇੰਦਗੜੀਏ ਬਗੀਚੇ ਨੇ ਤਪੱਸਿਆ ਕੀਤੀ ਮੇਰੇ ਵੀਰਿਓ ਕਿ ਕਹਿੰਦੇ ਵੀ ਸਵਰਗਵਾਸੀ ਸਰਦਾਰ ਸੋਹਣ ਸਿੰਘ ਦੇ ਘਰ ਦਾ ਵਾਰਿਸ ਬਗੀਚਾ ਇੰਦਗੜ ਦੀ ਧਰਤੀ ਦਾ ਜੱਫਾ ਲਾ ਚੁੱਕਿਆ ਦੀਨਾ ਕਾਂਗੜ ਦੀ ਧਰਤੀ ਦਾ ਬਿੰਦਰ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਦੀਨਾ ਕਾਂਗੜ ਮੇਰੇ ਵੀਰਿਓ 3 ਮਹੀਨੇ ਤੇ 9 ਦਿਨ ਬੈਠ ਕੇ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਉਸ ਧਰਤੀ ਤੇ ਲਓ ਦੇਖਦੇ ਵੀ ਕੌਂਕਿਆਂ ਵਾਲੇ ਅਮਨ ਨੂੰ ਕੀਤਾ ਹੈ ਟੱਚ ਰਾਮਗੜੀਆ ਸੰਦੀਪ ਲੱਗਿਆ ਡਬਲ ਟੱਚ ਹੋ ਗਿਆ ਪੁਆਇੰਟ ਰੇਡਰ ਦਾ ਪੁਆਇੰਟ ਬਿੰਦਰ ਨੌਜਵਾਨ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਧਨੌਲੇ ਵਾਲੇ ਸਰਦਾਰ ਜਗਤਾਰ ਸਿੰਘ ਨੇ ਮਾਰਨੀ ਹੈ ਬਿਸਲ ਆਪਣੇ ਸਮੇਂ ਦਾ ਦੁਨੀਆ ਦਾ ਸੁਪਰ ਸਟਾਰ ਰਿਹਾ ਮੇਰੇ ਵੀਰਿਓ ਜਗਤਾਰ ਧਨੌਲੇ ਵਾਲਾ ਲਓ ਨੌਜਵਾਨ ਗੱਭਰੂ ਜਗਰਾਓਂ ਦੀ ਟੀਮ ਦੇ ਵੱਲੋਂ ਪੈਂਦੀ ਹੋਈ ਕਬੱਡੀ ਬਾਬਾ ਸ਼ੂਸ਼ਕ ਦਾ ਧੱਲੇ ਕੇ ਪਿੰਡ ਦਾ ਚਰਨਾ ਮੋਟਾ ਪੱਟਾ ਤੋਂ ਖਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਰੇਡਰ ਦਾ ਤੇ ਮੈਚ ਸਮਾਪਤੀ ਦੇ ਵੱਲ ਵੱਧ ਚੁੱਕਿਆ ਮੈਚ ਜਿਹੜਾ ਸਮਾਪਤੀਆਂ ਦੇ ਵੱਲ ਵੱਧ ਚੁੱਕਿਆ ਆਓ ਜੀ ਜਗਦੀਪ ਜੀ ਦੱਸਿਓ ਜੀ ਕੀ ਲੇਖਾ ਜੋਖਾ ਹੈ ਕੀ ਲੇਖਾ ਜੋਖਾ ਕਿੰਨੀਆਂ ਲੀਕਾਂ ਵੱਜੀਆਂ ਨੇ ਇਸ ਕਾਪੀ ਦੇ ਉੱਪਰ ਲਓ ਦਰਸ਼ਕ ਵੀਰੋ ਪੁਆਇੰਟਾਂ ਦਾ ਵੇਰਵਾ ਜਿਹੜਾ ਇਸ ਪ੍ਰਕਾਰ ਹੈ 37.5 ਪੁਆਇੰਟ ਨੇ ਪੱਤੋ ਹੀਰਾ ਸਿੰਘ ਦੀ ਟੀਮ ਦੇ ਤੇ 25 ਪੁਆਇੰਟ ਨੇ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਜਗਰਾਓਂ ਦੇ 37.5 ਤੇ ਜਿਹੜੇ 25 ਪੁਆਇੰਟ ਨੇ ਤਲਵਾਰ ਕਲੱਬ ਜਗਰਾਓਂ ਦੇ ਇਸ ਮੈਚ ਤੋਂ ਮੇਰੇ ਵੀਰੋ ਪੱਤੋ ਹੀਰਾ ਸਿੰਘ ਦੀ ਟੀਮ ਜਿੱਤ ਚੁੱਕੀ ਹੈ ਡਾਗੋ ਰਮਾਣੇ ਵਾਲੇ ਸਤਨਾਮ ਨੂੰ ਦਿਓ ਜੀ 2000 ਰੁਪਇਆ ਸਾਡਾ ਵੀਰ ਜਿੰਦਾ ਕਨੇਡਾ ਆ ਦਿਓ ਜੀ ਇੱਧਰ ਭੁੰਦੜ ਵਾਲੇ ਕੀਪੇ ਨੂੰ ਮੇਰੇ ਵੀਰੋ ਜਿਹੜੇ ਸਟੇਜ ਦੇ ਉੱਪਰ ਪੈਸੇ ਨੇ ਆਓ ਜੀ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਸੰਤ ਬਾਬਾ ਈਸ਼ਵਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਹਾਂਜੀ ਸਾਡਾ ਵੀਰ ਬਲਵਿੰਦਰ ਗੰਡਿਆਲ ਵਾਲਾ ਜਿਹੜਾ ਵੀਰ ਅੱਖਾਂ ਤੋਂ ਮਨਾਖਾ ਹੈ ਉਹ ਵੀਰ ਜਿਹੜਾ ਦਰਸ਼ਕਾਂ ਸਾਹਮਣੇ ਪੱਗ ਬੰਨ ਕੇ ਦਿਖਾ ਰਿਹਾ ਤਾੜੀਆਂ ਮਾਰ ਦੇ ਇੱਕ ਵਾਰੀ ਉਸ ਵੀਰ ਲਈ ਵੀ ਹੈਲੋ ਘੱਲ ਕਲਾਂ ਤੋਂ ਕੋਈ ਸਾਡਾ ਸੱਜਣ ਮਾੜੂ ਉਹਨੂੰ ਸਰਪੰਚ ਸੰਤੋਖ ਸਿੰਘ ਜੀ ਡੇਕ ਰਹੇ ਨੇ ਉਹ ਚਮਕੌਰ ਸਿੰਘ ਜੀ ਕੌਰਾ ਸਰਪੰਚ ਸਾਹਿਬ ਡੀਕ ਰਹੇ ਨੇ ਉਹ ਗੇਟ ਕੋਲੇ ਆ ਕੇ ਨਾਲ ਸੰਪਰਕ ਕਰੇ ਮਾੜੂ ਘੱਲ ਕਲਾਂ ਵਾਲਾ ਧੰਨਵਾਦ ਜੀ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਕਬੱਡੀ ਕਲੱਬ ਰਾੜਾ ਸਾਹਿਬ ਦੀਆਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਹਾਂਜੀ ਹੈਲੋ ਇਸ ਮੈਚ ਤੋਂ ਮਗਰੋਂ ਕਮੈਂਟਰੀ ਦੀਆਂ ਸਵਾਵਾਂ ਦਿਲਬਾਗ ਸਿੰਘ ਗੱਜਲਵਾਲਾ ਨਿਭਾਉਣਗੇ ਜੀ ਮੈਂ ਜੀ ਆਇਆਂ ਆਖਦਾ ਸਰਦਾਰ ਮਨਜੀਤ ਸਿੰਘ ਜੀ ਪੱਤੀ ਭਾਈ ਵਾਲੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਮੋਗਾ ਉਹ ਵੀ ਤਸ਼ਰੀਫ ਲੈ ਕੇ ਆਏ ਨੇ ਸਪੋਰਟਸ ਕਲੱਬ ਨੂੰ 5000 ਰੁਪਏ ਦੀ ਰਾਸ਼ੀ ਉਸ ਪਾਰ ਨੇ ਸਾਨੂੰ ਭੇਜੀ ਆ ਮਾਸਟਰ ਜੀ ਗਰਾਊਂਡ 'ਚ ਪਾਣੀ ਪਹੁੰਚਦਾ ਕਰ ਦਿਓ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਿਉਂ ਮੈਂ ਤੁਹਾਨੂੰ ਦੱਸਿਆ ਜੀ ਕਿ
ਜੋੜਿਆਂ ਦੇ ਪਰਿਵਾਰ ਦੇ ਵਿੱਚੋਂ ਐਨਕੀ ਸਾਨੂੰ ਬਹੁਤ ਸਾਰੀ ਰਾਸ਼ੀ ਪਹੁੰਚੀ ਆ। ਸੋ ਫਿਰ ਇੱਕ ਵਾਰੀ ਮੈਂ ਸਮੁੱਚੇ ਸਪੋਰਟਸ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਸਰਦਾਰ ਸ਼ੇਰ ਸਿੰਘ ਜੀ ਮੈਂਬਰ ਪੰਚਾਇਤ, ਉਹ ਵੀ ਬੜੇ ਲੰਬੇ ਸਮੇਂ ਤੋਂ ਸਾਡੇ ਸਪੋਰਟਸ ਕਲੱਬ ਨਾਲ ਜੁੜੇ ਹੋਏ ਨੇ, ਉਹ ਵੀ ਇੱਥੇ ਤਸ਼ਰੀਫ ਲੈ ਕੇ ਆਏ ਨੇ। ਡਾਕਟਰ ਲਖਵਿੰਦਰ ਸਿੰਘ ਜੀ ਹਰਾਜਾ ਵਾਲੇ ਦਾ ਮੈਂ ਸਪੋਰਟਸ ਕਲੱਬ ਵੱਲੋਂ ਇੱਥੇ ਪਹੁੰਚਣ ਦੇ ਹਾਰਦਿਕ ਧੰਨਵਾਦ ਜੀ। ਡਾਕਟਰ ਸਾਹਿਬ ਆਤਮਾ ਸਿੰਘ ਜੀ ਵੱਡੇ ਘਰ ਤੋਂ ਕਿਰਪਾ ਕਰਕੇ ਗੇਟ ਨੰਬਰ 1 ਦੇ ਨੇੜੇ ਸੰਪਰਕ ਕਰਨ, ਉਹਨਾਂ ਦੇ ਸੱਜਣ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ। ਆਤਮਾ ਸਿੰਘ ਜੀ ਵੱਡਾ ਘਰ ਨਾ, ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਮੇਰੇ ਪੰਜਾਬੀ ਵੀਰੋ, ਇੱਕ ਪਾਸੇ ਟੀਮ ਜਿਹੜੀ ਸੰਤ ਬਾਬਾ ਈਸ਼ਰ ਸਿੰਘ ਜੀ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਹੈ, ਔਰ ਦੂਸਰੇ ਪਾਸੇ ਟੀਮ ਜਿਹੜੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਹੈ। ਕਹਿੰਦੇ ਵੀ ਇੱਧਰ ਰਾੜਾ ਸਾਹਿਬ ਦੀ ਟੀਮ ਗੇਟ ਨੰਬਰ 1 ਵਾਲੀ ਸਾਈਡ ਚੜ੍ਹਦੇ ਵਾਲੇ ਪਾਸੇ ਟੀਮ ਪੁੱਜ ਗਈ ਹੈ ਰਾੜਾ ਸਾਹਿਬ ਦੀ, ਔਰ ਦੂਸਰੇ ਪਾਸੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਹੈ। ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਸਾਡੇ ਵੀਰ ਲੀਲਾ ਮੇਘ ਸਿੰਘ ਪਿੰਡ ਹੈ ਮੋਹਣਾ, ਸਾਡਾ ਵੀਰ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਹੈ, ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੇ ਮੇਨ ਸਪੌਂਸਰਾਂ ਦੇ ਵਿੱਚੋਂ ਇੱਕ ਨੇ, ਨਾਲ ਹੀ ਸੈਂਡੀ ਮਾਨ ਜੀ ਭਾਗੀ ਕੇ ਪਿੰਡ ਦਾ ਜੀਵਨ ਹੈ, ਅਖਾੜੇ ਦੇ ਅਮਰੀਕ ਸਿੰਘ ਜੀ, ਨਾਲ ਹੀ ਸਾਡੇ ਵੀਰ ਸੁੱਖਾ ਧਾਲੀਵਾਲ ਜੀ ਤਖਤੂਪੁਰੇ ਪਿੰਡ ਵਾਲੇ। ਹਾਂਜੀ, ਸਾਡੇ ਜਿਹੜੇ ਕਮੇਟੀ ਮੈਂਬਰ ਆ ਉਹ ਪੁਲਿਸ ਕਰਮਚਾਰੀ ਨੂੰ ਲੈ ਕੇ ਪਾਸ ਚੈੱਕ ਕਰਨ ਜਾ ਰਹੇ ਨੇ। ਸਾਡੇ ਕੋਲ ਬੜੇ ਇਹ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਤੁਸੀਂ ਸਾਡੇ ਨਜ਼ਮਾਂ ਦੀਆਂ ਕਥਾਈਆਂ ਕਰ ਰਹੇ ਹੋ, ਸੋ ਸਾਨੂੰ ਮਜਬੂਰ ਹੋ ਕੇ ਹੁਣ ਤੁਹਾਨੂੰ ਕੁਰਸੀਆਂ ਤੋਂ ਉਠਾਉਣਾ ਪੈਣਾ। ਸੋ ਕਿਰਪਾ ਕਰਕੇ ਇਹੋ ਜਿਹੀ ਗੁਸਤਾਖੀ ਨਾ ਕਰੋ। ਦੂਸਰੀ ਬੇਨਤੀ ਕਿ ਕਈ ਸਾਥੀ ਜਾਲ ਟੱਪ ਟੱਪ ਕੇ ਆਈ ਜਾਂਦੇ ਆ, ਬੜੇ ਅਫਸੋਸ ਦੀ ਗੱਲ ਆ, ਇਹ ਕੰਮ ਬਹੁਤ ਗਲਤ ਆ ਤੁਹਾਡੇ ਵਾਸਤੇ। ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਤਾਂ ਹੀ ਅਸੀਂ ਵਧੀਆ ਤੁਹਾਨੂੰ ਇਹ ਟੂਰਨਾਮੈਂਟ ਦਿਖਾਈ ਜਾਂਦੇ ਹਾਂ। ਜੇ ਸਾਨੂੰ ਤੁਸੀਂ ਸਹਿਯੋਗ ਨਹੀਂ ਦਿਓਗੇ, ਹੋ ਸਕਦਾ ਅਸੀਂ ਵਧੀਆ ਪ੍ਰਦਰਸ਼ਨ ਤੁਹਾਨੂੰ ਨਾ ਦੇ ਸਕੀਏ। ਸੋ ਸਾਡੇ ਹੁਣ ਸਾਥੀ ਪਾਸ ਚੈੱਕ ਕਰਨ ਵਾਸਤੇ ਆ ਰਹੇ ਆ, ਸੋ ਕਿਰਪਾ ਕਰਕੇ ਜਿਨ੍ਹਾਂ ਕੋਲ ਪਾਸ ਹੈਗਾ ਉਹ ਬੈਠੇ ਰਹਿਣ, ਬਾਕੀ ਸਾਥੀ ਆਸੇ ਪਾਸੇ ਵੀ ਬੈਠ ਜਾਣ ਜਾ ਕੇ। ਹੈਲੋ, ਸਾਡੇ ਕੋਲ ਪਹੁੰਚੇ ਨੇ ਮਾਸਟਰ ਬਲਦੇਵ ਸਿੰਘ, ਮਹਿੰਦਰਪਾਲ ਸਿੰਘ ਕੈਨੇਡਾ, ਇਕਬਾਲ ਸਿੰਘ ਕੈਪਟਨ, ਨਾਲ ਹੀ ਇੱਧਰ ਸਾਡੇ ਕਰਨ ਸਿੰਘ ਕਰੇਜਾ ਕੈਨੇਡਾ, ਸਰਵਨ ਸਿੰਘ ਹਰਾਜ, ਬਲਜੀਤ ਸਿੰਘ, ਬਲਵੰਤ ਸਿੰਘ ਮੁਸ਼ਾਫਰ। ਫੈਡਰੇਸ਼ਨ ਦੇ ਜੋ ਨੇਮ ਨੇ ਪੰਜਾਬ ਕਬੱਡੀ ਅਕੈਡਮੀ ਦੇ, ਕਹਿੰਦੇ ਵੀ ਜਿਹੜੇ ਵੀ ਪਲੇਅਰ ਦੇ ਵੈਸਲੀਨ ਲੱਗੀ ਹੋਈ, ਉਹ ਪਲੇਅਰ ਜਿਸ ਤਰ੍ਹਾਂ ਇੱਧਰ ਇੱਕ ਦੋ ਪਲੇਅਰ ਦੋਸ਼ੀ ਪਾਏ ਗਏ ਨੇ, ਉਹ ਪਲੇਅਰ ਜਿਹੜੇ ਉਸ ਪਲੇਅਰ ਨੂੰ ਬਾਹਰ ਕਰ ਦਿੱਤਾ ਗਿਆ ਹੈ। ਅੱਗੇ ਤੋਂ ਵੀ ਇਸ ਤਰ੍ਹਾਂ ਦੇ ਨਿਯਮ ਜਿਹੜੇ ਕਾਇਮ ਰਹਿਣਗੇ ਖੇਡ ਮੈਦਾਨ ਦੇ ਵਿਚਕਾਰ। ਲਓ ਇਸ ਸਮੇਂ ਦੇਖਦੇ ਵੀ ਨੌਜਵਾਨ ਪਹਿਲੀ ਕਬੱਡੀ ਰਾੜਾ ਸਾਹਿਬ ਦੀ ਟੀਮ ਦੀ ਤਰਫੋਂ ਖੰਡੂਰ ਵਾਲੇ ਦੇਖਦੇ ਵੀ ਸੁੱਖੇ ਦੀ ਪਈ ਹੋਈ ਹੈ, ਦੇਖਦੇ ਵੀ ਸੁੱਖਾ ਖੰਡੂਰ ਦਾ ਇੱਧਰਲੇ ਬੰਨੇ ਨੌਜਵਾਨ ਕਬੱਡੀ ਪਾ ਰਿਹਾ ਹੈ, ਔਰ ਦੂਸਰੇ ਪਾਸੇ ਦੇਖਦੇ ਵੀ ਪੁਆਇੰਟ ਜਿਹੜਾ ਡਬਲ ਟੱਚ ਦਾ ਪੁਆਇੰਟ ਹੈ, ਪਹਿਲਾਂ ਡੇਢ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ। ਲਓ ਇੱਧਰਲੇ ਬੰਨੇ ਵੇਖਦੇ ਵੀ ਲੋਹਾਮ ਵਾਲਾ ਕਰਮਾ ਸਿੰਘ,
ਗੁਰਦੇਵ ਸਿੰਘ ਮਿਸਤਰੀ ਤੇ ਸਰਜੀਤ ਸਿੰਘ ਪਟਵਾਰੀ ਹੈ ਵੀ ਆਪਣਾ ਮਾਨ ਸਨਮਾਨ ਲਓ ਜੀ। ਤੇਜਾ ਸਿੰਘ ਗਿਆਨੀ ਕਹਿੰਦੇ ਵੀ ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਚਰਿਕ ਵਾਲੇ ਸੁੱਖੇ ਹੋਣਾ ਦੀ ਟੀਮ ਦੇ ਲਈ, ਫ੍ਰੈਜਰ ਵੈਲੀ ਦੀ ਟੀਮ ਦੇ ਲਈ ਨੌਜਵਾਨ ਕੈਨੇਡਾ ਦੇ ਵਿੱਚ ਖੇਡਿਆ। ਇਸ ਸਮੇਂ ਲੋਹਾਮਾ ਵਾਲਾ ਕਰਮਾ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾ ਰਿਹਾ ਹੈ। ਔਰ ਸਾਹਮਣੇ ਦੇਖਦੇ ਵੀ ਫੈਸਲਾ ਇਸ ਸਮੇਂ ਸਰਦਾਰ ਸਾਧੂ ਸਿੰਘ ਜੀ ਬਰਾੜ ਵੈਰੋ ਕੇ ਪਿੰਡ ਹੈ, ਪੱਤੋ ਹੀਰਾ ਦੇ ਨਾਮ ਦੇ ਨਾਲ ਦੁਨੀਆ ਜਾਣਦੀ ਹੈ। ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਚੱਲ ਵੀ ਨੌਜਵਾਨ ਪਾ ਵੀ ਕਬੱਡੀ। ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਰਿੰਕੂ ਧਨਾਸ ਵਾਲਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਦੇਖਦੇ ਵੀ ਚਾਰ ਜਾਫੀ ਨੇ, ਇੱਕ ਪਾਸੇ ਨੌਜਵਾਨ ਮੰਗਲ ਹੈ, ਨਾਲ ਅੱਚਰਵਾਲੀ ਹੈ, ਨਾਲ ਦੇਖਦੇ ਵੀ ਨੌਜਵਾਨ ਮੀਨੀਆਂ ਵਾਲਾ, ਔਰ ਇੱਧਰਲੇ ਬੰਨੇ ਸੋਨਾ ਘਲਕਲਾਂ ਦੀ ਧਰਤੀ ਦਾ। ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਇਸ ਸਮੇਂ ਪਿੱਤੋ ਮੀਨੀਆਂ ਪਿੰਡ ਦਾ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਤਕੜਾ ਜੱਫਾ, ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਓ ਇਹ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜ ਚੁੱਕਿਆ ਹੈ। ਸਾਡੇ ਵੀਰ ਇਕਬਾਲ ਮੁਸਾਫਰ ਜੀ ਆਖਦੇ ਨੇ ਵੀ ਕਹਿੰਦੇ ਇੱਧਰ ਸੋਨਾ ਘਾਲੀ ਜਿੰਨੇ ਜੱਫੇ ਲਾਵੇਗਾ ਹਰ ਇੱਕ ਜੱਫੇ ਦਾ ਆਪਾਂ 100 ਦੇਵਾਂਗੇ। ਔਰ ਨਾਲ ਹੀ ਸਾਡੇ ਰਾਜੂ ਘਾਲੀ ਜੀ USA ਵਾਲੇ ਕਹਿੰਦੇ ਵੀ ਜਿੰਨੇ ਵੀ ਘਲਕਲਾਂ ਦੀ ਟੀਮ ਜੱਫੇ ਲਾਵੇਗੀ ਹਰ ਇੱਕ ਜੱਫੇ ਦਾ 100 ਹੋਵੇਗਾ ਸਾਡੇ ਰਾਜੂ ਘਾਲੀ ਜੀ USA ਵਾਲੇ। ਨਾਲ ਹੀ ਸੋਨਾ ਜਿੰਨੇ ਜੱਫੇ ਲਾਵੇਗਾ ਸਾਡਾ ਵੀਰ ਜਿੰਦਾ ਕੈਨੇਡਾ ਹਰ ਇੱਕ ਜੱਫੇ ਦਾ 100 ਸਾਡੇ ਵੀਰ ਜਿੱਦੇ ਵੱਲੋਂ ਹੋਵੇਗਾ। ਲੱਖਾ ਘਾਲੀ ਜਿੰਨੇ ਵੀ ਜੱਫੇ ਲਾਵੇਗਾ ਸਾਡੇ ਵੀਰ ਸੋਨ ਹਾਂਗਕਾਂਗ ਜੀ। ਨਾਲ ਹੀ ਸਾਡਾ ਵੀਰ ਗੈਸਾ ਤੇ ਪੱਪੂ ਤੇ ਤਾਰ ਸਾਡਾ ਵੀਰ ਅਵਤਾਰ ਲੰਘਿਆਣਾ ਸਾਰੇ ਹੀ ਸਾਡੇ ਵੀਰਾਂ ਵੱਲੋਂ ਜਿੰਨੇ ਵੀ ਜੱਫੇ ਲੱਖਾ ਲਾਵੇਗਾ ਹਰ ਇੱਕ ਜੱਫੇ ਦਾ 100 ਰੁਪਇਆ ਹੋਵੇਗਾ। ਲਓ ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਸਟਾਰਟ ਹੈ। 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਦਾ ਨਗਰ ਹੈ, ਦੋਦਾ ਪਿੰਡ ਹੈ। ਦੇਖਦੇ ਵੀ ਸੰਦੀਪ ਸਿੰਘ ਇਸ ਸਮੇਂ ਸੰਦੀਪ ਦੋਦੇ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪਾਉਣ ਦੇ ਲਈ ਲੱਗਿਆ ਹੋਇਆ ਖੇਡ ਮੈਦਾਨ ਦੇ ਅੰਦਰ। 4 ਜਾਫੀ ਨੇ ਇਸ ਸਮੇਂ ਨੌਜਵਾਨ ਖੇਡ ਮੈਦਾਨ ਦੇ ਅੰਦਰ, ਸੰਜੂ ਮੌਲਪੁਰੀ ਹੈ, ਨਾਲ ਦੇਖਦੇ ਵੀ ਨੌਜਵਾਨ ਅਵਤਾਰ ਸਿੰਘ ਨੋਨਾ ਹੈ, ਨਾਲ ਤਨਾਲੀ ਹੈ, ਔਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਬੰਨੂ ਹੈ ਘਲੋਟੀ ਵਾਲਾ। ਤੇ ਲਓ ਇੱਧਰਲੇ ਬੰਨੇ ਸੰਜੂ ਮੌਜਪੁਰੀ ਦੀ ਕੀਤੀ ਹੋਈ ਕੋਸ਼ਿਸ਼ ਹੈ, ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਿਆ ਹੈ। ਲਓ ਅਗਲੀ ਕਬੱਡੀ ਇਸ ਸਮੇਂ ਦੇਖਦੇ ਵੀ ਨੌਜਵਾਨ ਇੱਧਰ ਬੱਬੂ ਦੇਖਦੇ ਵੀ ਨੌਜਵਾਨ ਮਾਂਗੇ ਵਾਲੀ ਹੈ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਪੈਂਦੀ ਹੋਈ ਕਬੱਡੀ ਹੈ। 4 ਜਾਫੀ ਨੇ ਲਓ ਇਸ ਸਮੇਂ ਯਾਦ ਕਬੱਡੀ ਕਲੱਬ ਐਡਵੈਂਚਰ ਘਲਕਲਾਂ ਦੀ ਟੀਮ ਦੇ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਅੱਚਰ ਵਾਲੀ ਹੈ ਬੱਚੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਰਦਾ ਹੋਇਆ ਕੋਸ਼ਿਸ਼ ਹੈ, ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਓ ਕਹਿੰਦੇ ਬਿੰਦਰ ਮੋਟੇ ਹੋਣਾ ਦਾ ਪਿੰਡ ਹੈ ਰੱਜੀ ਵਾਲਾ, ਉਸ ਆਹ ਨੌਜਵਾਨ ਵੇਖਦੇ ਵੀ ਇਸ ਸਮੇਂ ਨਿੱਕਾ ਰੱਜੀ ਵਾਲੇ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। 4 ਜਾਫੀ ਨੇ ਦੇਖਣਾ ਵੀ ਕੌਣ ਜਿਹੜਾ ਗੱਭਰੂ ਜੱਫਾ ਲਾ ਕੇ ਦਿਖਾਵੇਗਾ। ਲਓ ਇੱਧਰਲੇ ਬੰਨੇ ਵੇਖਦੇ ਵੀ ਦਨਾਲੀ ਮਕੰਦਪੁਰੀ ਆ, ਹੈਲੋ ਸੇਵੀ ਨਾਥੇ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ
ਸਪੋਰਟਸ ਕਲੱਬ ਦੇ ਲਈ 500 ਰੁਪਈਏ ਦੀ ਵੱਡੀ ਮੈਕਸਰ ਦਿੱਤੀ ਆ। ਆਪਾਂ ਧੰਨਵਾਦ ਕਰਦੇ ਹਾਂ, ਜੀਓ ਆਖਦੇ ਹਾਂ ਸਮੁੱਚੀ ਪ੍ਰਬੰਧ ਕਮੇਟੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਜੀ ਆਏ ਆਖਦੇ ਰਾਜ ਸਿੰਘ ਬਾਬਾ ਨੱਥੂਆਲੇ ਤੋਂ ਵੀ ਤਸ਼ਰੀਫ ਲੈ ਕੇ ਆਏ ਨੇ। ਸ਼ਮਸ਼ੇਰ ਸਿੰਘ ਛੋਟੂ ਇਹ ਵੀ ਸਾਡਾ ਦੋਸਤ ਆਇਆ, ਆਪਣੇ ਸਮੇਂ ਦਾ ਵੀ ਬਹੁਤ ਵਧੀਆ ਖਿਡਾਰੀ ਰਿਹਾ, ਸੇਵੀ ਨਾਥੀ ਵਾਲਾ ਵੀ ਆਪਣੇ ਸਮੇਂ ਵਿੱਚ ਇਹਨਾਂ ਨੇ ਕਬੱਡੀ ਦੇ ਜਗਤ ਵਿੱਚ ਬੜੀਆਂ ਧੁੰਮਾਂ ਪਾਈਆਂ। ਜੀ ਆਇਆਂ ਨੂੰ ਜੀ ਸਪੋਰਟਸ ਕਲੱਬ ਵੱਲੋਂ। ਇਸ ਸਮੇਂ ਦੇਖਦੇ ਵੀ ਭਲੂਰ ਪਿੰਡ ਉਹ ਵੀ ਸਾਡੇ ਦਰਮਿਆਨ ਆਏ ਨੇ, ਉਹਨਾਂ ਨੂੰ ਜੀ ਆਇਆਂ ਜੀ। ਭਲੂਰ ਪਿੰਡ ਹੈ ਕਹਿੰਦੇ ਦੁਨੀਆ ਭਰ ਦਾ ਪ੍ਰਸਿੱਧ ਨਗਰ ਹੈ, ਉਸ ਪਿੰਡ ਦਾ ਕਹਿੰਦੇ ਵੀ ਕੀਪਾ ਇਸ ਸਮੇਂ ਨੌਜਵਾਨ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਦੇਖਦੇ ਵੀ ਇੱਕ ਕਹਿੰਦੇ ਸੱਦੋਵਾਲ ਦਾ ਪ੍ਰਸਿੱਧ ਹੈ, ਅੱਜ ਨੌਜਵਾਨ ਇਹਨਾਂ ਖੇਡ ਮੈਦਾਨਾਂ 'ਚ ਨਹੀਂ ਪੁੱਜਿਆ। ਪਰ ਦੂਸਰੇ ਪਾਸੇ ਗੱਲ ਕਹਿੰਦੇ ਵੀ ਮੁਕੰਦਪੁਰੀ ਇਸ ਸਮੇਂ ਦਨਾਲੀ ਦੀ ਹੈ, ਵਾਹ ਇੱਧਰਲੇ ਬੰਨੇ ਵੇਖਦੇ ਵੀ ਦਨਾਲੀ ਮੁਕੰਦਪੁਰੀ ਆ, ਔਰ ਇੱਕ ਪਾਸੇ ਕੀਪਾ ਭਲੂਰ ਪਿੰਡ ਦਾ। ਲਓ ਫੈਸਲਾ ਦੇਖਦੇ ਵੀ ਕੀ ਹੋਵੇਗਾ, ਕਿ ਕਬੱਡੀ ਦੀ ਫੜ ਲਈ ਜਾਂਦੀ ਸਰਕਾਰ ਨੇ ਤੇ ਮੀਡੀਆ ਰਾਹੀਂ ਦੇਖ ਲਈ ਸਾਰੇ ਸੰਸਾਰ ਨੇ, ਵਰਲਡ ਕੱਪ ਨੇ ਦਿੱਤਾ ਇਹ ਨਵਾਂ ਮੋੜ ਕਬੱਡੀ ਨੂੰ। ਹੁਣ ਨਾ ਰਹਿ ਗਈ ਕਿਸੇ ਗੱਲ ਦੀ ਥੋੜ ਕਬੱਡੀ ਨੂੰ, ਲੰਘੇ ਆਣੀਆਂ ਯੁੱਧ ਇਸ ਮਜਾਜਰ ਵੱਡੀ ਦੀ, ਕ੍ਰਿਕਟ ਬਰਾਬਰ ਡਹਿ ਗਈ ਕੁਰਸੀ, ਹੁਣ ਮੈਂ ਖੇਡ ਕਬੱਡੀ ਦੀ। ਹੈਲੋ, ਸਾਡੇ ਬਹੁਤ ਹੀ ਸਤਿਕਾਰਯੋਗ ਇਕਬਾਲ ਮੁਸਾਫਿਰ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ। ਆਪਾਂ ਧੰਨਵਾਦ ਕਰਦੇ ਹਾਂ ਨਾਲ ਯੂਨਾਈਟਿਡ ਅਕੈਡਮੀ ਐਡਮਿੰਟਰ ਘੱਲਾਂ ਦੇ ਲਈ, ਜਿੰਨੇ ਪੀਤੋ ਮੀਨੀਆਂ ਵਾਲਾ ਜੱਫੇ ਲਾਵੇਗਾ ਨਾਲ ਸੋਨਾ ਕਾਲੀ, ਇੱਕ ਇੱਕ 100 ਰੁਪਈਏ ਦਾ ਵੱਡਾ ਮਾਣ ਹੋਵੇਗਾ, ਸੋਨੇ ਕਾਲੀ ਦਾ ਮਾਣ ਨਾਲ ਪੀਤੋ ਮੀਨੀਆਂ ਵਾਲਾ ਜਿੰਨੇ ਵੀ ਜੱਫੇ ਲਾਵੇਗਾ ਵੱਡਾ ਮਾਣ ਇਕਬਾਲ ਸਿੰਘ ਜੀ ਮੁਸਾਫਿਰ ਵੱਲ ਹੋਵੇਗਾ। ਲੈ ਵੀ ਜਾਫੀਓ ਤਿਆਰੀ ਫੜ ਦਿਓ। ਲਓ ਇੱਧਰ ਸਾਡਾ ਵੀਰ ਕੁੱਕੀ ਟੋਰਾਂਟੋ ਦੇ ਵਿੱਚ ਰਹਿੰਦਾ, ਕੈਨੇਡਾ ਦੇ ਵਿੱਚ, ਇੱਧਰ ਸਾਡਾ ਪੁਰਾਣਾ ਕਮੇਟੀ ਮੈਂਬਰ ਵੀ ਹੈ, ਕਹਿੰਦਾ ਵੀ ਜਿੰਨੇ ਵੀ ਜੱਫੇ ਨੌਜਵਾਨ ਲੱਖਾਂ ਲਾਵੇਗਾ ਹਰ ਇੱਕ ਜੱਫੇ ਦਾ ਆਪਾਂ 100 ਦੇਵਾਂਗੇ। ਲਓ ਇਸ ਸਮੇਂ ਪੈਂਦੀ ਹੋਈ ਕਬੱਡੀ ਹੈ, ਮਾੜੀ ਪਿੰਡ ਦਾ ਸਿਕੰਦਰ ਸਿੰਘ ਖੇਡ ਮੈਦਾਨ ਦੇ ਅੰਦਰ ਪੁਆਇੰਟ ਲੈ ਕੇ ਨੌਜਵਾਨ ਵਾਪਸ ਪਰਤ ਰਿਹਾ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਰਿੰਕੂ ਇਸ ਸਮੇਂ ਨੌਜਵਾਨ ਧਨਾਸ ਪਿੰਡ ਦਾ ਗੱਭਰੂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ, ਸੰਤ ਬਾਬਾ ਈਸ਼ਰ ਸਿੰਘ ਜੀ ਕਬੱਡੀ ਕਲੱਬ ਰਾਣਾ ਸਾਹਿਬ ਜੀ ਸੁਖ ਬੰਧੇਰ ਜੀ, ਵੱਡੀਆਂ ਜ਼ਿੰਮੇਵਾਰੀਆਂ ਨੇ, ਵੱਡੀ ਦੇਣ ਹੈ ਕਬੱਡੀ ਦੇ ਲਈ, ਪਰ ਇਸ ਸਮੇਂ ਧਨਾਸ ਵਾਲਾ ਰਿੰਕੂ ਹੈ। ਇਹ ਕਹਿੰਦੇ ਵੀ ਕਪੂਰਥਲੇ ਦਾ ਰਿੰਕੂ ਮੀਰੀ ਪੀਰੀ ਦੀ ਟੀਮ ਦੇ ਲਈ ਤਕੜਾ ਖੇਡਦਾ ਹੈ। ਇੱਧਰਲੇ ਬੰਨੇ ਵੇਖਦੇ ਵੀ ਸਾਹਮਣੇ ਨੌਜਵਾਨ ਪੀਤੋ ਮੀਨੀਆਂ ਪਿੰਡ ਦਾ, ਪਰ ਨੌਜਵਾਨ ਇੱਧਰਲੇ ਬੰਨੇ ਜੀਤਾ ਖੋਸਿਆਂ ਵਾਲਾ ਆਖਦਾ ਵੀ ਡਬਲ ਟੱਚ ਹੈ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਕਬੱਡੀ ਲੁਹਾਮ ਦਾ ਕਰਮ ਹੈ, ਕਹਿੰਦੇ ਇੱਕ ਚੱਕਰ ਦਾ ਦੁਨੀਆ ਭਰ ਦਾ ਪ੍ਰਸਿੱਧ ਖਿਡਾਰੀ ਹੋਇਆ, ਪਰ ਇਸ ਸਮੇਂ ਦੇਖਦੇ ਵੀ ਜ਼ਖਮੀ ਸ਼ੇਰ ਨੌਜਵਾਨ ਲੁਹਾਮ ਪਿੰਡ ਦਾ ਕਰਮਾ। ਦੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ ਹੈ, 4 ਜਾਫੀ ਨੇ ਇਸ ਸਮੇਂ ਖੇਡ ਮੈਦਾਨ ਦੇ ਅੰਦਰ, ਇੱਕ ਨਹੀਂ ਤਾਂ ਕਹਿੰਦੇ ਵੀ ਜੰਡੀ ਪਿੰਡ ਦਾ ਜੀਤਾ, ਪਰ ਆਹ ਦੇਖਦੇ ਵੀ ਅਲਬਾਟਾ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਣ ਵਾਲਾ ਨੌਜਵਾਨ ਅਵਤਾਰ ਸਿੰਘ ਨੋਨਾ ਭੈਣੀ ਪੜਿੰਗ ਪਿੰਡ ਦਾ ਖੇਡ ਮੈਦਾਨ ਵਿੱਚ ਕਰਦਾ ਹੋਇਆ ਦੋ ਹੱਥ, ਤੇ ਪੁਆਇੰਟ ਜਿਹੜਾ ਨੌਜਵਾਨ ਲੁਹਾਮ ਪਿੰਡ ਦੇ ਕਰਮੇ ਦੇ ਹਿੱਸੇ ਜੁੜਦਾ ਹੋਇਆ। ਲਓ ਮਾਂਗੇਵਾਲ ਦਾ ਬੱਬੂ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਅੰਦਰ। ਹੈਲੋ, ਰਘਵੀਰ ਸਿੰਘ ਕਮੇਟੀ ਮੈਂਬਰ ਸਟੇਜ ਦੇ ਸਾਹਮਣੇ ਪੁੱਜੇ, ਰਘਵੀਰ ਸਿੰਘ ਕਮੇਟੀ ਮੈਂਬਰ ਨਾਲ ਘੱਲਾਂ ਦੇ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਰਾਜੂ ਕਾਲੀ USA ਵਾਲੇ ਵੱਲੋਂ 100 ਰੁਪਈਏ ਦਾ ਵੱਡਾ ਮਾਣ ਹੋਵੇਗਾ ਹਰੇਕ ਜੱਫੇ ਦੇ। ਲਓ ਇੱਧਰ ਸਾਡੇ ਪ੍ਰਵਾਸੀ ਪੰਜਾਬੀ ਵੀਰ ਵੀ ਵੱਡੇ ਮਾਣ ਭੇਜਦੇ ਨੇ, ਨਾਲ ਹੀ ਧੰਨਵਾਦ ਹੈ ਸਾਡੇ ਵੀਰ ਪੱਪੂ ਜੀ, ਸੋਹਣ ਜੀ, ਸਾਡੇ ਵੀਰ ਗੋਰਾ ਜਿਹਨੂੰ ਕਿ ਪਿਆਰ ਨਾਲ ਗੈਸਾ ਆਖ ਦਿੰਦੇ ਹੈ, ਨਾਲ ਹੀ ਸਾਡਾ ਵੀਰ ਅਵਤਾਰ ਅਬਰਾਰ ਲੰਘੇਆਣਾ, ਸਾਰੇ ਹੀ ਸਾਡੇ ਸਤਿਕਾਰਯੋਗ ਸੱਜਣ ਨੇ ਹਾਂਗਕਾਂਗ ਵਾਲੇ। ਲਓ ਇੱਧਰ ਬਣੇ ਵੇਖਦੇ ਵੀ ਪੈਂਦੀ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ, ਔਰ ਦਨਾਲੀ ਦਾ ਲੱਗਦਾ ਹੋਇਆ ਜੱਫਾ, ਤੇ ਪੁਆਇੰਟ ਜਿਹੜਾ ਸਾਧੂ ਸਿੰਘ ਜੀ ਬਰਾੜ ਸਾਹਿਬ ਇਸ ਸਮੇਂ ਫੈਸਲਾ ਕਰਦੇ ਨੇ ਵੀ ਪੁਆਇੰਟ ਜਿਹੜਾ ਨੌਜਵਾਨ ਜਾਫੀਆਂ ਦੇ ਹਿੱਸੇ। ਲਓ ਇੱਧਰਲੇ ਬੰਨੇ ਵੇਖਦੇ ਵੀ ਲਸਾਣੇ ਵਾਲੇ ਕਰਮਜੀਤ ਦਾ ਵੀਰ ਹੈ, ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ,
ਗਿਆਨੀ ਕਬੱਡੀ ਪਾਉਂਦਾ ਹੋਇਆ ਲਸਾਰੇ ਵਾਲਾ ਚਾਰ ਜਾਫੀ ਇਸ ਸਮੇਂ ਦੇਖਦੇ ਵੀ ਫੈਸਲਾ ਕੀ ਹੋਵੇਗਾ। ਲੋ ਉੱਚਰ ਵਾਲੀ ਹੈ ਬੱਚੀ ਪੂਰੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਅੰਦਰ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਪਿੰਡ ਨਹੀਂ ਥਾਂ ਥਾਂ ਬੋਲਦਾ ਕਿਹਦਾ ਪੁੱਤ ਪੋਤਾ ਕਿਹੜਾ ਪਿੰਡ ਯੋਧਿਆ ਚੰਡਿਆ ਹੈ ਕਿਹੜੇ ਕੋਚ ਮਹਾਨ ਦਾ ਪੁੱਤ ਜਿਨ੍ਹਾਂ ਮਾਵਾਂ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜਾਵੇ ਸਾਰੇ ਖਾਨਦਾਨ ਦਾ। ਨਾਲ ਹੀ ਇੱਕ ਬੇਨਤੀ ਹੈ ਸਾਡੇ ਦਰਸ਼ਕ ਵੀਰਾਂ ਦੇ ਵਿੱਚੋਂ ਵੀ ਮੇਰੇ ਵੀਰ ਜਿਹੜਾ ਸਾਊਂਡ ਦੀਆਂ ਤਾਰਾਂ ਵਗੈਰਾ ਨੇ ਉਹਨਾਂ ਨਾਲ ਕੋਈ ਵੀ ਸਾਡਾ ਵੀਰ ਛੇੜਛਾੜ ਨਾ ਕਰੇ ਕਿਉਂਕਿ ਇਹਨਾਂ ਤਾਰਾਂ ਦੇ ਵਿੱਚ ਕਰੰਟ ਵੀ ਹੈ। ਇਸ ਕਰਕੇ ਤੁਸੀਂ ਆਪਣੀ ਜਾਨ ਮਾਲ ਦੇ ਆਪ ਜ਼ਿੰਮੇਵਾਰ ਹੋਵੋਗੇ। ਹੱਥ ਬੰਨ ਕੇ ਬੇਨਤੀ ਹੈ ਵੀ ਮੇਰੇ ਵੀਰ ਇੱਦਾਂ ਦੀ ਕੋਈ ਵੀ ਸ਼ਰਾਰਤ ਨਾ ਕਰੋ, ਇਹ ਹੱਥ ਬੰਨ ਕੇ ਬੇਨਤੀ ਹੈ ਸਾਡੇ ਸਾਰੇ ਹੀ ਵੀਰਾਂ ਨੂੰ। ਲਓ ਇਸ ਸਮੇਂ ਕੀਪਾ ਨੌਜਵਾਨ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਭਲੂਰ ਵਾਲਾ ਇੱਧਰ ਲੱਭਣੇ ਵੇਖਦੇ ਵੀ ਚਾਰ ਜਾਫੀ ਹੈ। ਲਓ ਸਾਹਮਣੇ ਅਵਤਾਰ ਸਿੰਘ ਨੋਨਾ ਭੈਣੀ ਪ੍ਰਿੰਗ ਪਿੰਡ ਦਾ ਔਰ ਦੂਸਰੇ ਪਾਸੇ ਭਲੂਰ ਵਾਲਾ ਵੇਖਦੇ ਵੀ ਨੌਜਵਾਨ ਇਹ ਵੀ ਬੜਾ ਫੁਰਤੀਲਾ ਖਿਡਾਰੀ ਹੈ। ਲਓ ਦੇਖਦੇ ਵੀ ਇੱਧਰ ਨਾਲ ਹੀ ਧੰਨਵਾਦ ਹੈ ਸਾਡੇ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਔਰ ਨਾਲ ਹੀ ਸਾਡੇ ਵੀਰ ਸੁੱਖ ਕਾਲੀ ਜੀ ਉੱਥੇ ਗੱਲ ਮਾਸਟਰ ਦਵਿੰਦਰ ਸਿੰਘ ਜੀ ਨਾਲ ਸਾਡੇ ਵੀਰ ਨੰਜਾ ਕਾਲੀ ਜੀ ਸਾਰੇ ਹੀ ਸਾਡੇ ਸਤਿਕਾਰਯੋਗ ਵੀਰ ਨੇ। ਲਓ ਇਸ ਸਮੇਂ ਪਹਿਲੀ ਵਾਟਰ ਬ੍ਰੇਕ ਇਸ ਖੇਡ ਮੈਦਾਨ ਅੰਦਰ ਲਓ ਸੁਖਚੈਨ ਚੋਟੀਆਂ ਜਿੱਥੇ ਵੀ ਮੇਰਾ ਵੀਰ ਆਵਾਜ਼ ਸੁਣਦਾ ਹੈ ਕਿਰਪਾ ਕਰਕੇ ਸਾਡੇ ਪ੍ਰਧਾਨ ਜੀ ਮਾਸਟਰ ਗੁਰਮੇਲ ਸਿੰਘ ਜੀ ਨਾਲ ਸੰਪਰਕ ਕਰੇ। ਲਓ ਰਿੰਕੂ ਦੇਖਦੇ ਵੀ ਤਨਾਸ ਪਿੰਡ ਦਾ ਪਰ ਦੂਸਰੇ ਪਾਸੇ ਦੇਖਦੇ ਵੀ ਕਹਿੰਦੇ ਆ ਗੱਭਰੂ ਨੂੰ ਭਰਿੰਡ ਦਾ ਖਿਤਾਬ ਇੱਧਰਲੇ ਬੰਨੇ ਨੌਜਵਾਨ ਦੇਖਦੇ ਵੀ ਪੀਤੋ ਮੀਣੀ ਆ ਪਿੰਡ ਦਾ ਨਹੀਂ ਜਫਾ ਲਾ ਸਕਿਆ ਤੇ ਪੁਆਇੰਟ ਜਿਹੜਾ ਗੱਭਰੂ ਦੇ ਹਿੱਸੇ ਜੁੜਦਾ ਹੋਇਆ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮਾਰੀ ਉੱਥੋਂ ਦਾ ਇੱਕ ਸਿਕੰਦਰ ਸੁਣੀ ਦਾ ਕਿ ਬੜਿਆ ਟੌਪ ਖਿਡਾਰੀ ਦੇਖਦੇ ਵੀ ਆਹ ਵੀ ਗੱਭਰੂ ਟੌਪ ਦੇ ਖਿਡਾਰੀਆਂ ਦੇ ਵਿੱਚ ਨਾਂ ਸ਼ਾਮਲ ਹੈ। ਵੈਰੋ ਕੇਵਲ ਧਾਨਾ ਮਾਣ ਕਰਦਾ ਇਸ ਗੱਭਰੂ ਤੇ ਪਰ ਇੱਧਰ ਵੇਖਦੇ ਵੀ ਨੌਜਵਾਨ ਸਾਡੇ ਵੀਰ ਗੁਰਪ੍ਰੀਤ ਜੀ ਨਾਲ ਹੀ ਸਾਡੇ ਵੀਰ ਅਮਨਦੀਪ ਕਾਲੀ ਜੀ ਸਾਰੇ ਹੀ ਸਾਡੇ ਸਤਿਕਾਰਯੋਗ ਵੀਰ ਨੇ ਨਾਲ ਹੀ ਸਾਡੇ ਸੇਵਕ ਤਰੀਕੇ ਜੀ ਕਮਲ ਦਾਸ ਜੀ ਰਾਜੂ ਲਲਤੋ ਸਾਡਾ ਵੀਰ ਮੋਹਣਾ ਲੀਲਾ ਵਾਲਾ ਸੁੱਖਾ ਤਖਤੂਪੁਰੇ ਦਾ ਭਾਗੀ ਕਿਹਦਾ ਜੀਵਨ ਨਾਲ ਸੈਂਡੀ ਮਾਨ ਜੀ ਹੈ ਅਮਰੀਕ ਖਾੜਾ ਜੀ ਜੋ ਕਿ ਸਾਡੇ ਸਪੌਂਸਰ ਨੇ ਸਾਡੇ ਵੀਰ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘੱਲ ਕਲਾਂ ਦੀ ਟੀਮ ਦੇ। ਪਰ ਇਸ ਸਮੇਂ ਦੇਖਦੇ ਵੀ ਮਾਂਗੇਵਾਲ ਦਾ ਬੱਬੂ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਇੱਧਰ ਲੱਭਣੇ ਕਿ ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ। ਲਓ ਲੱਖਾਂ ਕਾਲੀ ਕਹਿੰਦੇ ਵੀ ਦੁਨੀਆਂ ਦਾ ਪ੍ਰਸਿੱਧ ਜਾਫੀ ਏ ਔਰ ਇਸ ਸਮੇਂ ਫੈਸਲਾ ਜਿਹੜਾ ਅੰਕ ਜਿਹੜਾ ਲੱਖੇ ਦੇ ਹਿੱਸੇ ਜੁੜਦਾ ਹੈ। ਲਓ ਸਾਡਾ ਵੀਰ ਜਿੰਦਾ ਨਾਲ ਹੀ ਸਾਡੇ ਵੀਰ ਰਾਜੂ ਜੀ ਸਾਡੇ ਵੀਰ ਸੁੱਖਾ ਜੀ ਯੂਕੇ ਵਾਲੇ ਬਹੁਤ ਸਾਰਾ ਮਾਣ ਪਿਆਰ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ ਸੁੱਖਾ ਸਾਡਾ ਵੀਰ ਯੂਕੇ ਵਾਲਾ। ਲਓ ਇੱਧਰਲੇ ਬੰਨੇ ਵੇਖਦੇ ਵੀ ਨਾਲ ਹੀ ਸਾਡਾ ਵੀਰ ਕੁੱਕੀ ਵੀ ਇਹਨਾਂ ਮੈਚਾਂ ਨੂੰ ਤੱਕ ਰਿਹਾ ਪਰ ਲੁਹਾਮਾ ਵਾਲੇ ਕਰਮੇ ਦੀ ਕਬੱਡੀ ਹੈ। ਹੈਲੋ ਲੱਖੇ ਕਾਲੀ ਦੇ ਲਈ ਵੱਡੇ ਮਾਣ ਪੁੱਜੇ ਨੇ ਸੋਹਣ ਹਾਂਗਕਾਂਗ ਗੈਂਸਾ ਪੱਪੂ ਪਾਰ ਲੰਘੇ ਹਨ ਵੱਡੇ ਮਾਣ ਪੁੱਜੇ ਨੇ ਲੱਖੇ ਕਾਲੀ ਦੇ ਲਈ 100 ਰੁਪਈਏ ਦਾ ਵੱਡਾ ਮਾਣ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਇਹਨਾਂ
ਦਾਨੀ ਸੱਜਣਾ ਦੇ ਨਾਲ ਪੀਤੋ ਮੀਨੀਆਂ ਵਾਲਾ ਜਿੰਨੇ ਵੀ ਜੱਫੇ ਲਾਵੇਗਾ ਨਾਲ ਸੋਨਾ ਅਕਾਲੀ 100 ਰੁਪਏ ਦਾ ਵੱਡਾ ਮਾਣ ਹੋਵੇਗਾ। ਇਕਬਾਲ ਸਿੰਘ ਜੀ ਮੁਸਾਫਰ ਨਾਲ ਰਾਜੂ ਅਕਾਲੀ ਯੂ ਐਸ ਏ ਵਾਲੇ ਕਲਾਂ ਦੇ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਵੱਡੇ ਮਾਣ ਦਿੱਤੇ ਜਾਣਗੇ। ਨਾਲ ਮੰਗਲ ਅਕਾਲੀ ਦੇ ਲਈ ਵੀ 100 ਰੁਪਏ ਦਾ ਵਾਧਾ ਹੁੰਦਾ ਹੋਇਆ ਖੇਡ ਮੈਦਾਨ ਵਿੱਚ ਚੱਲਦਾ ਹੋਇਆ ਮੁਕਾਬਲਾ ਮੈਕ ਉਬਟੂ ਦਲਬਾਗ ਗੱਜਣ ਵਾਲਾ। ਲਓ ਨਾਲ ਹੀ ਧੰਨਵਾਦ ਹੈ ਸਾਡੇ ਵੀਰ ਕੁੱਕੀ ਜੀ, ਬਹੁਤ ਸਾਰਾ ਮਾਣ ਪਿਆਰ ਬੋਲਿਆਂ ਤੋਂ ਖੁਸ਼ ਹੋ ਕੇ ਹੈ। ਨਾਲ ਹੀ ਸਾਡਾ ਵੀਰ ਮਨਪ੍ਰੀਤ ਔਰ ਸਾਡਾ ਵੀਰ ਕਰਨ ਪੰਧੇਰ ਜੀ ਸੋਸਣ ਵਾਲੇ ਵੱਡੇ ਮਾਣ ਕਰਦੇ ਨੇ। ਲਓ ਇਸ ਸਮੇਂ ਕਹਿੰਦੇ ਵੀ ਸ੍ਰੀ ਮੁਕਤਸਰ ਸਾਹਿਬ ਦਾ ਨਗਰ ਹੈ, ਤੋਤਾ ਕੌਣੀ ਪਿੰਡ ਪੂਰੀ ਦੁਨੀਆ ਭਰ ਦਾ ਪ੍ਰਸਿੱਧ ਹੈ, ਪਰ ਆਹ ਦੇਖਦੇ ਵੀ ਇਸ ਸਮੇਂ ਸੰਦੀਪ ਸਿੰਘ ਪੂਰੀ ਦੁਨੀਆ ਦੇ ਵਿੱਚ ਇਸ ਗੱਭਰੂ ਦਾ ਵੀ ਨਾਂ ਚੱਲਦਾ ਹੈ। ਲਓ ਇੱਧਰ ਬਣੇ ਅਵਤਾਰ ਸਿੰਘ ਨੋਨਾ ਪੈੜੀ ਪੜਿੰਗ ਪਿੰਡ ਦਾ ਲਾਉਂਦਾ ਹੋਇਆ ਜੱਫਾ ਖੇਡ ਮੈਦਾਨ ਅੰਦਰ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜ ਚੁੱਕਿਆ ਹੈ। ਲਓ ਅਗਲੀ ਕਬੱਡੀ ਇਸ ਸਮੇਂ ਨੌਜਵਾਨ ਦੇਖਦੇ ਵੀ ਸੁੱਖਾ ਖੰਡੂਰ ਵਾਲਾ ਕਬੱਡੀ ਪਾ ਰਿਹਾ ਹੈ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪੈਂਦੀ ਹੋਈ ਕਬੱਡੀ ਹੈ ਖੰਡੂਰ ਵਾਲੇ ਸੁੱਖੇ ਦੀ ਹੈ। ਔਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਡੀ ਪੀ ਮੇਹਰ ਸਿੰਘ ਵਾਲੇ ਪਿੰਡ ਦਾ ਜਿਹੜੇ ਫਿਰੋਜ਼ਪੁਰ ਦਾ ਆਹ ਵੀ ਗੱਭਰੂ ਕਹਿੰਦੇ ਟੈਪਲ ਦੀ ਟੀਮ ਦੇ ਲਈ ਕਨੇਡਾ ਖੇਡਿਆ ਅਲਬਰਟਾ ਦੇ ਖੇਡ ਮੈਦਾਨਾਂ ਦੇ ਵਿੱਚ। ਲਓ ਇਸ ਸਮੇਂ ਅਗਲੀ ਕਬੱਡੀ ਰੱਜੀ ਵਾਲੇ ਦੇ ਨਿੱਕੇ ਦੀ ਹੈ ਗੁੰਦਵਾ ਸਰੀਰ ਹੈ ਨੌਜਵਾਨ ਖਿਡਾਰੀ ਦਾ ਔਰ ਨਾਲ ਹੀ ਕਹਿੰਦੇ ਵੀ ਜੀ ਐ ਆਖਿਆ ਜਾਂਦਾ ਹੈ ਸਾਡੇ ਗੁਰਸੇਵਕ ਸਿੰਘ ਜੀ ਨੱਥੂ ਵਾਲਾ ਨਾਥੇ ਵਾਲੇ ਦਾ ਸੇਵੀ ਹੈ। ਨਾਲ ਹੀ ਰਾਣਾ ਸਾਡਾ ਨੱਥੂ ਵਾਲੀ ਹੈ ਕਬੱਡੀ ਪਲੇਅਰ ਉਹ ਵੀ ਪੁੱਜਿਆ ਹੋਇਆ ਹੈ। ਸਾਡੇ ਵੀਰ ਲਖਵੀਰ ਕੋਮਲ ਜੀ ਪੁੱਜੇ ਹੋਏ ਨੇ। ਲਓ ਨੋਨਾ ਇੱਕ ਪਾਸੇ ਤੇ ਦੂਸਰੇ ਪਾਸੇ ਨੌਜਵਾਨ ਵੇਖਦੇ ਵੀ ਇਧਰਲੇ ਬੰਨੇ ਨੌਜਵਾਨ ਨਿੱਕਾ ਰੱਜੀ ਵਾਲੇ ਪਿੰਡ ਦਾ ਪਰ ਇਸ ਸਮੇਂ ਫੈਸਲਾ ਸਾਧੂ ਸਿੰਘ ਜੀ ਬਰਾੜ ਕਰਨਗੇ ਵੀ ਇਹ ਪੁਆਇੰਟ ਕਿਹਦਾ ਹੋਵੇਗਾ। ਲਓ ਇਹ ਚਾਂਦੀ ਕਿਹਦੇ ਲਈ ਹੈ ਚਾਂਦੀ ਸਾਡਾ ਵੀਰ ਮੰਗਲ ਕਾਲੀ ਦੇ ਲਈ ਮਾਸਟਰ ਜੀ ਆਹ ਮੰਗਲ ਕਾਲੀ ਦਾ 100 ਰੁਪਇਆ ਸਾਡੇ ਵੀਰ ਚਾਂਦੀ ਡਗਰੂ ਵਾਲਾ ਜੀ ਉਹਨਾਂ ਵੱਲੋਂ ਹੈ। ਨਾਲ ਹੀ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਪਿਆਰ ਭੇਜਦਾ ਮੇਰਾ ਵੀਰ। ਲੋ ਇੱਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ ਰਿੰਕੂ ਦੇਖਦੇ ਵੀ ਧਨਾਸ ਪਿੰਡੀਆ ਗੱਭਰੂ ਕਬੱਡੀ ਪਾ ਰਿਹਾ ਔਰ ਦੇਖਦੇ ਵੀ ਇੱਧਰਲੇ ਬੰਨੇ ਅੰਬੂ ਕਹਿੰਦੇ ਵੀ ਇੱਧਰ ਨੌਜਵਾਨ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲੋ ਇੱਧਰਲੇ ਬੰਨੇ ਕਹਿੰਦੇ ਵੀ ਵਾਲੇ ਕਰਮੇ ਦਾ ਔਰ ਕਹਿੰਦੇ ਵੀ ਉਹਦੇ ਪੁੱਤਰ ਅੰਬੂ ਦਾ ਮਾਲੇ ਦੇ ਖੇਡ ਮੇਲੇ ਤੇ ਦੋਨਾਂ ਪਿਓ ਪੁੱਤਾਂ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਹੋਵੇਗਾ ਕਿਉਂਕਿ ਇੱਕ ਅੱਜ ਦੇ ਸਮੇਂ ਦਾ ਖਿਡਾਰੀ ਹੈ ਇੱਕ ਆਪਣੇ ਸਮੇਂ ਦਾ ਕਹਿੰਦਾ ਕਹਾਉਂਦਾ ਖਿਡਾਰੀ ਰਿਹਾ। ਬਈ ਟੈਂਟ ਵਾਲਾ ਸਾਥੀ ਜਿੱਥੇ ਕਿਤੇ ਮੇਰੀ ਆਵਾਜ਼ ਸੁਣਦਾ ਜਾਂ ਛੱਤੀ ਜਾਂ ਅਕਵਾਲਾ ਜਿੱਥੇ ਕਿਤੇ ਮੇਰੀ ਆਵਾਜ਼ ਸੁਣਦੇ ਕਿਰਪਾ ਕਰਕੇ ਮੈਨੂੰ ਜਲਦੀ ਸੰਪਰਕ ਕਰਨ ਜੀ ਮੇਰੇ ਨਾਲ। ਸਾਡੇ ਦਰਮਿਆਨ ਸਰਦਾਰ ਮਨਜੀਤ ਸਿੰਘ ਜੀ ਗੱਲ ਪ੍ਰਾਪਰਟੀ ਡੀਲਰ ਮੋਗੇ ਵਾਲੇ ਉਹ ਤਸ਼ਰੀਫ ਲੈ ਕੇ ਆਏ ਨੇ ਸਪੋਰਟਸ ਕਲੱਬ ਡਰੋਲੀ ਭਾਈ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਧੰਨਵਾਦ। ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10,000 ਰੁਪਏ ਦੀ ਰਾਸ਼ੀ ਸਾਡੇ ਸਪੋਰਟਸ ਕਲੱਬ ਉਹਨਾਂ ਨੇ ਭੇਜੀ ਹੈ। ਮੈਂ ਉਹਨਾਂ ਦਾ ਸਮੁੱਚੇ ਸਪੋਰਟਸ ਕਲੱਬ ਵੱਲੋਂ ਅਤੇ ਗ੍ਰਾਮ ਪੰਚਾਇਤ ਡਰੋਲੀ ਭਾਈ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਦਾ। ਵੀ ਸਾਡੇ ਸਾਥੀ ਇੱਥੇ ਪਿੰਡ ਜੀ ਗੱਲ ਸਾਨੂੰ ਪਾਓ ਜੀ। ਲਓ ਇੱਧਰਲੇ ਬੰਨੇ ਵੇਖਦੇ ਵੀ ਮਤਲਬ ਤੁਹਾਡਾ ਮਾਨ ਸਨਮਾਨ ਵੀ ਅਸੀਂ ਹੁਣੇ ਕਰਦੇ ਜਾਇਓ ਜਲਦੀ ਜੀ ਆ ਲਓ। ਲਓ ਇੱਧਰਲੇ ਬੰਨੇ ਪਈ ਹੋਈ ਕਬੱਡੀ ਹੈ ਨੌਜਵਾਨ ਦੇਖਦੇ ਵੀ ਮਾੜੀ ਵਾਲਾ ਸਿਕੰਦਰ ਹੈ ਪਰ ਦੂਸਰੇ ਪਾਸੇ ਕਹਿੰਦੇ ਵੀ ਇਹ ਵੀ ਨੌਜਵਾਨ ਦੁਨੀਆ ਭਰ ਦਾ ਪ੍ਰਸਿੱਧ ਹੈ। ਲਓ ਇੱਧਰਲੇ ਬੰਨੇ ਮੰਨੂ ਗਲੋਟੀ ਪਿੰਡ ਦਾ ਲਾਉਂਦਾ ਜੱਫਾ ਖੇਡ ਮੈਦਾਨ ਅੰਦਰ ਤੇ ਪੁਆਇੰਟ ਜਿਹੜਾ ਗਲੋਟੀ ਵਾਲੇ ਮੰਨੂ ਦੇ ਹਿੱਸੇ ਹੈ ਪੁਆਇੰਟ ਜਿਹੜਾ ਸੰਤ ਬਾਬਾ ਈਸ਼ਰ ਸਿੰਘ ਜੀ ਕਬੱਡੀ ਕਲੱਬ ਰਾੜਾ ਸਾਹਿਬ ਦਾ। ਲਓ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾਉਣ ਦੇ ਲਈ ਰੱਬਾ ਦਿਆ ਹੋਇਆ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਹੈ। ਲਓ ਟਿੰਕਾ ਜਰਗ ਪਿੰਡ ਦਾ ਨੌਜਵਾਨ ਕਬੱਡੀ ਪਾ ਰਿਹਾ ਪਰ ਦੂਸਰੇ ਪਾਸੇ 4 ਜਾਫੀ ਨੇ ਨੌਜਵਾਨ
ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘੱਲ ਕਲਾਂ ਦੇ ਲੋਕ ਘੱਲਾਂ ਵਾਲੇ ਸੋਨੇ ਦੀ ਕੀਤੀ ਹੋਈ ਕੋਸ਼ਿਸ਼ ਹੈ, ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਚੱਲ ਵੀ ਨੌਜਵਾਨ ਪਾ ਵੀ ਕਬੱਡੀ ਲੋ ਲੁਹਾਮ ਵਾਲਾ ਕਰਮਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਬਥੇਰੀਆਂ ਕਬੱਡੀ ਲਈ ਚਾਹੀਦੀਆਂ ਦਿਲ ਚ ਦਲੇਰੀਆਂ ਤਾਂ ਹੀ ਲੰਘੇ ਆਣੀਆਂ, ਕੋਈ ਮੱਲ ਵਜੇ ਵੱਡੀ ਤੇ ਰਚੀ ਹੈ ਪੰਜਾਬੀਆਂ ਦੇ ਖੂਨ ਚ ਕਬੱਡੀ, ਵੀ ਰਚੀ ਹੈ ਪੰਜਾਬੀਆਂ ਦੇ ਖੂਨ ਚ ਕਬੱਡੀ, ਲਓ ਖੂਨ ਚ ਕਬੱਡੀ ਹੈ ਪਰ ਇਧਰਲੇ ਬੰਨੇ ਵੇਖਦੇ ਵੀ ਕਰਮੇ ਦੀ ਕਬੱਡੀ। ਹਾਂਜੀ, ਪੰਜਾਬ ਪੁਲਿਸ ਦੇ ਹੈੱਡ ਕੈਸ਼ੀਅਰ ਸਰਦਾਰ ਹਰਜੀਤ ਸਿੰਘ ਜੀ, ਜੋ ਮਨਜੀਤ ਸਿੰਘ ਗਿੱਲ ਦੇ ਦੋਸਤ ਨੇ, ਉਹ ਵੀ ਤਸ਼ਰੀਫ ਲੈ ਕੇ ਆਏ ਨੇ, ਮੈਂ ਸਪੋਰਟਸ ਕਲੱਬ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦਾ। ਆਪਣਾ ਛੱਤੀ 500 ਰੁਪਇਆ ਰਾਜ ਸਿੰਘ ਬਾਬਾ ਨੱਥੂਵਾਲਾ, ਜੋ ਪਸਵਾ ਕਮੇਟੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੈਜੀਡੈਂਟ ਨੇ, ਉਹਨਾਂ ਵੱਲੋਂ ਆਇਆ, ਮੈਂ ਉਹਨਾਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ, ਅਤੇ ਸਪੋਰਟਸ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ। 500 ਰੁਪਇਆ ਸ਼ਮਸ਼ੇਰ ਸਿੰਘ ਛੋਟੂ, ਡਾਇਰੈਕਟਰ SAB ਚੰਡੀਗੜ੍ਹ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। 500 ਰੁਪਏ ਦੀ ਰਾਸ਼ੀ ਸਪੋਰਟਸ ਕਲੱਬ ਨੂੰ ਉਹਨਾਂ ਨੇ ਭੇਜੀ ਹੈ। ਇੱਕ ਵਾਰੀ ਫਿਰ ਮੈਂ ਸਮੁੱਚੇ ਸਪੋਰਟਸ ਕਲੱਬ ਡਰੋਲੀ ਭਾਈ ਵੱਲੋਂ ਉਹਨਾਂ ਦਾ ਅਤੇ ਹਾਰਦਿਕ ਧੰਨਵਾਦ ਜੀ। ਜੀ ਆਇਆਂ ਨੂੰ ਜੀ ਲੱਖੇ ਕਾਲੀ ਨੂੰ 100 ਰੁਪਇਆ ਵੀ ਕੁੱਕੀ ਵੱਲੋਂ, ਬਹੁਤ ਸਾਰੇ ਨਾਮ ਸਾਡੇ ਵਿਦੇਸ਼ਾਂ 'ਚੋਂ ਸਾਥੀ ਬੈਠੇ ਨੇ, ਉਹ ਨੈੱਟ ਦੇ ਨਾਲ ਬਹੁਤ ਸਾਰੇ ਸਾਥੀ, ਕੋਈ ਕਿਹਨਾਂ ਦੀ ਗਿਣਤੀ 5000 ਤੋਂ ਉੱਤੇ ਆ, ਸਾਡੇ ਕੋਲ ਰਿਪੋਰਟ ਆਈ ਹੈ। ਸੋ ਉਹ ਨੈੱਟ ਦੇ ਨਾਲ ਜੁੜੇ ਹੋਏ ਨੇ ਇਸ ਖੇਡ ਮੇਲੇ ਨਾਲ, ਜਿਨ੍ਹਾਂ ਨੂੰ ਬਹੁਤ ਪਿਆਰ ਹੈ, ਬਹੁਤ ਲੰਬੇ ਸਮੇਂ ਤੋਂ ਉਹ ਇਸ ਖੇਡ ਮੇਲੇ ਨੂੰ ਦੇਖ ਰਹੇ ਨੇ, ਅਤੇ ਅੱਜ ਉਹ ਸਾਡੇ ਸਪੋਰਟਸ ਕਲੱਬ ਨੂੰ ਅਤੇ ਸਮੁੱਚੇ ਨਗਰ ਨੂੰ ਵਧਾਈਆਂ ਵੀ ਉਹ ਪੇਸ਼ ਕਰ ਰਹੇ ਨੇ। ਮੈਂ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਰਿਣੀ ਹਾਂ। ਹਾਂਜੀ ਮਾਸਟਰ ਜੀ, ਜਿਹੜਾ ਹਾਫ ਸਮੇਂ ਤੱਕ ਦਾ ਸਕੋਰ ਹੈ, ਹਾਫ ਸਮੇਂ ਤੱਕ ਸਕੋਰ ਜਿਹੜਾ ਯਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੇ ਪੁਆਇੰਟ ਨੇ 13 ਪੁਆਇੰਟ ਨੇ ਜੀ, 13 ਪੁਆਇੰਟ ਯਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਔਰ ਸੰਤ ਬਾਬਾ ਈਸ਼ਰ ਸਿੰਘ ਜੀ ਕਬੱਡੀ ਕਲੱਬ ਰਾਣਾ ਸਾਹਿਬ ਦੇ 21.5 ਪੁਆਇੰਟ ਨੇ। ਹੈਲੋ, 13 21 ਦਾ ਫਰਕ ਹੈ ਸਾਡੇ ਦਰਮਿਆਨ। ਸਰਦਾਰ ਗੁਰਭੇਜ ਸਿੰਘ ਜੀ, ਜੋ ਮਾਸਟਰ ਬਲਦੇਵ ਸਿੰਘ ਜੀ ਅਸਾਹਾਪਤੀ ਵਾਲੇ ਦਮਾਦ ਨੇ, ਬੈਂਕ ਆਫ ਇੰਡੀਆ ਦੇ ਮੈਨੇਜਰ ਨੇ, ਸਾਡੇ ਦਰਮਿਆਨ ਤਸ਼ਰੀਫ ਲੈ ਕੇ ਨੇ। ਉਹਨਾਂ ਦੇ ਨਾਲ ਅਮਰਦੀਪ ਸਿੰਘ ਜੀ ਜੋ ਜੱਸਾ ਸਿੰਘ ਦੇ ਦਮਾਦ ਨੇ, ਮਾਸਟਰ ਬਲਦੇਵ ਸਿੰਘ ਦੇ ਵੱਡੇ ਭਾਈ ਉਹਨੇ ਦਮਾਦ ਨੇ, ਸਰਦਾਰ ਅਮਰਦੀਪ ਸਿੰਘ ਜੀ ਪਤਲੀ ਵਾਲੇ, ਦੋਨਾਂ ਸਾਥੀਆਂ ਦਾ ਮੈਂ ਸਪੋਰਟਸ ਕਲੱਬ ਵੱਲੋਂ ਇੱਥੇ ਪਹੁੰਚਣ 'ਤੇ ਹਾਰਦਿਕ ਧੰਨਵਾਦ ਕਰਦਾ। ਉਸ ਪਰਿਵਾਰ ਵੱਲੋਂ ਸਾਨੂੰ 10,000 ਰੁਪਏ ਦੀ ਰਾਸ਼ੀ ਪਹੁੰਚੀ ਹੈ, ਅਤੇ ਮੈਂ ਬੇਨਤੀ ਕਰਦਾ ਕੋਈ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਜੀ। ਚਲੋ ਜੀ, ਰਵੀਰ ਸਿੰਘ ਜੀ ਮਾਨ ਸਨਮਾਨ ਕਰੋ ਸਾਥੀਆਂ ਦਾ। ਨਾਲ ਹੀ ਇੱਧਰ ਸਾਡੇ ਅਗਲੇ ਮੈਚ ਦੀਆਂ ਟੀਮਾਂ DAV ਕਾਲਜ ਬਠਿੰਡਾ ਮਾਨ ਸਨਮਾਨ ਕਰਨਾ, ਕਿਉਂਕਿ ਮੁੜ ਕੇ ਆਪਣੇ ਕੋਲ ਬਹੁਤ ਰੁਝੇਵਾਂ ਵੱਧਦਾ ਜਾਂਦਾ। ਸੋ ਇਹਨਾਂ ਸਾਰੇ ਸਾਥੀਆਂ ਦਾ ਇੱਕ ਵਾਰੀ ਸਮੁੱਚੇ ਸਪੋਰਟਸ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ। DAV ਕਾਲਜ ਬਠਿੰਡਾ ਤੇ ਮੁਕਾਬਲੇ ਤੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ, ਸਾਧੂਵਾਲਾ ਤੇ DAV ਕਾਲਜ ਬਠਿੰਡਾ। ਲਓ ਇੱਧਰਲੇ ਬੰਨੇ ਵੇਖਦੇ ਵੀ ਨਾਲ ਹੀ ਸਾਡੇ ਹਰਜੰਟ ਬਰਾੜ ਜੀ ਯੋਟੀਆਂ ਵਾਲੇ USA ਵਾਲੇ ਬਹੁਤ ਸਾਰਾ ਮਾਣ ਪਿਆਰ ਬੋਲਿਆ ਤੋਂ ਖੁਸ਼ ਹੋ ਕੇ ਭੇਜਦੇ ਨੇ। ਨਾਲ ਹੀ ਬਾਈ ਕੈਨੇਡਾ ਜੀ ਦੇ ਕਾਕਾ ਬਰਾੜ ਜੀ, ਦਿਲਬਾਗ ਜੋਟੀਆਂ ਜੀ, ਜਗਸੀਰ ਸਿੰਘ ਜੀ ਸੀਰਾ ਮੈਂਬਰ ਚੰਦਨਵਾ ਤੇ ਮਣੀ ਨੰਬਰਦਾਰ ਜੀ, ਇਹਨਾਂ ਵੀਰਾਂ ਵੱਲੋਂ ਕਹਿੰਦੇ ਵੀ ਚੋਟੀਆਂ ਵਾਲੇ ਸੁਖਚੈਨ ਦਾ ਵੀ ਮੋਟਰਸਾਈਕਲ ਦੇ ਨਾਲ ਵਿਸ਼ੇਸ਼ ਮਾਣ ਸਨਮਾਨ ਹੋਵੇਗਾ। ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਬੱਬੂ
20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜੱਦੀ ਨਗਰ ਪਿੰਡ ਰੋਡੇ ਦੇ ਵਿੱਚ ਕਹਿੰਦੇ ਵੀ 12 ਤੇ 13 ਫਰਵਰੀ ਦੀਆਂ ਤਰੀਕਾਂ ਨੇ ਜਿੱਥੇ ਕਬੱਡੀ ਓਪਨ ਦੇ ਵਿੱਚ ਫਸਟ ਕਿਹਾਰੀ ਕੱਤੀ ਨਾਮ ਹੈ ਔਰ ਅਕੈਡਮੀਆਂ ਦਾ 1,75,000 ਹੈ। ਓਪਨ ਦੇ ਵਿੱਚ 2 ਪਲੇਅਰ ਬਾਹਰੋਂ ਖੇਡਣਗੇ। 13 ਫਰਵਰੀ ਨੂੰ ਅਕੈਡਮੀ ਹੈ, 12 ਨੂੰ ਪਿੰਡ ਪੱਧਰ ਓਪਨ ਦੇ ਮੁਕਾਬਲੇ ਹੈ। ਰੋਡੇ ਪਿੰਡ ਦੇ ਵਿੱਚ ਆਪ ਸਭ ਨੂੰ ਸੱਦੇ ਨੇ। ਲਓ ਇਸ ਸਮੇਂ ਕਰਮਾ ਨੌਜਵਾਨ ਲੋਹਾਮਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਦੇਖਦੇ ਵੀ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ 4 ਜਾਫੀ ਨੇ, ਦੇਖਦੇ ਵੀ ਕੌਣ ਜਫਾ ਲਾਵੇਗਾ। ਇੱਕ ਪਾਸੇ ਜੰਡੀ ਪਿੰਡ ਦਾ ਜੀਤਾ, ਪਰ ਇੱਧਰ ਲਿਬੜੇ ਅਵਤਾਰ ਸਿੰਘ ਨੋਨਾ ਭੈਣੀ ਵਰਿੰਗਾ ਪਿੰਡ ਦਾ, ਤੇ ਪੁਆਇੰਟ ਜਿਹੜਾ ਲੋਹਾਮਾ ਵਾਲੇ ਕਰਮੇ ਦੇ ਹਿੱਸੇ ਜੁੜਦਾ ਹੋਇਆ। ਹਾਂਜੀ ਹਰਜਿੰਦਰ ਸਿੰਘ ਜੀ, ਨੇਤਾ ਵਾਲਾ ਕਿੱਧਰ ਨੂੰ ਜਾਂਦੇ ਤੁਸੀਂ? ਛੱਤਰੀ ਲੱਗਾ ਨਾਲ ਹੀ ਇੱਧਰ ਸਾਡੇ ਵੀ ਜਿੰਦਾ ਜੀ ਵੱਡੀ ਜੀ, ਉਹਨਾਂ ਦੇ ਬਲਾਕ ਪ੍ਰਧਾਨ ਨੇ ਮੇਰੇ ਸਾਥੀ ਜੋ ਨੇਤਾ ਵਾਲੇ ਇੱਥੇ ਮੁੱਖ ਅਧਿਆਪਕ ਨੇ, ਬੜੇ ਲੰਬੇ ਸਮੇਂ ਤੋਂ ਇਹ ਵੀ ਖੇਡਾਂ ਦੇ ਨਾਲ ਜੁੜੇ ਹੋਏ ਨੇ, ਹਰਜਿੰਦਰ ਸਿੰਘ ਜੀ ਨੇਤਾ ਵਾਲਾ। ਸੋ ਮੈਂ ਇਹਨਾਂ ਨੂੰ ਫਿਰ ਮੈਂ ਆਪਣੇ ਵੱਲੋਂ ਹਾਰਦਿਕ ਧੰਨਵਾਦ ਕਰਦਾ ਇਹਨਾਂ ਦਾ। ਲਓ ਇਧਰਲੇ ਬੰਨੇ ਵੇਖਦੇ ਵੀ ਬਲਾਕ ਪ੍ਰਧਾਨ ਨੇ ਜੀ ਆਏ ਜੀ ਸਾਰੇ ਸਾਥੀਆਂ ਨੂੰ। ਬੂਟਾ ਹੈ ਨੌਜਵਾਨ ਮਾਣੂ ਕੇ ਗਿੱਲਾਂ ਵਾਲਾ, ਦੇਖਦੇ ਵੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਗੁਰਲਾਲ ਦਾ ਪੇਂਡੂ ਹੈ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਨਾਲ ਹੀ ਸਾਡਾ ਵੀਰ ਜਿੰਦਾ ਕਨੇਡਾ ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦਾ ਹੈ। ਪਰ ਇਸ ਸਮੇਂ ਦੇਖਦੇ ਵੀ ਨੌਜਵਾਨ ਇੱਧਰ ਲੱਭਣੇ ਕਬੱਡੀ ਪਾ ਰਿਹਾ ਹੈ। ਲਓ ਸੇਵਕ ਸਿੰਘ ਨਾਮ ਹੈ, ਭਾਣਾ ਪਿੰਡ ਹੈ, ਬਾਬੇ ਫਰੀਦ ਦੀ ਧਰਤੀ ਹੈ, ਜ਼ਿਲ੍ਹੇ ਫਰੀਦਕੋਟ ਦਾ ਨਗਰ ਭਾਣਾ ਹੈ, ਭਾਣੇ ਪਿੰਡ ਦੇ ਸੇਵਕ ਦੀ ਕਬੱਡੀ। ਔਰ ਇਸ ਸਮੇਂ ਖੋਸਿਆਂ ਵਾਲਾ ਜੀਤਾ ਫੈਸਲਾ ਕਰਦਾ ਹੋਇਆ ਖੇਡ ਮੈਦਾਨ ਅੰਦਰ ਵੀ ਪੁਆਇੰਟ ਜਿਹੜਾ ਯਾਦ ਕਬੱਡੀ ਕਲੱਬ ਐਡਮਿੰਟਨ ਘੱਲਕਲਾਂ ਦੀ ਟੀਮ ਦਾ। ਲਓ ਸੁੱਖਾ ਇਸ ਸਮੇਂ ਖਡੂਰ ਵਾਲਾ, ਕਹਿੰਦੇ ਵੀ ਨੌਜਵਾਨ ਦੁਨੀਆ ਭਰ ਦਾ ਪ੍ਰਸਿੱਧ ਖਿਡਾਰੀ ਹੈ। ਲਓ ਇੱਧਰ ਬੰਨੇ ਵੇਖਦੇ ਵੀ ਪਈ ਹੋਈ ਕਬੱਡੀ ਹੈ, ਸੁੱਖਾ ਖਡੂਰ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਹੈ। ਪਰ ਦੂਸਰੇ ਪਾਸੇ ਦੇਖਦੇ ਵੀ ਇੱਧਰ ਯੋਧੇ ਲੰਘੇ ਆਣੀਆਂ ਦੇ ਨਾਨਕੇ ਪਿੰਡਾਂ ਦੇ ਇਲਾਕੇ ਦਾ ਗੱਭਰੂ ਪੀਤੋ ਮੀਣੀਆਂ ਪਿੰਡ ਦਾ, ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ, ਪੁਆਇੰਟ ਜਿਹੜਾ ਸੁੱਖੇ ਦਾ ਹੈ ਖਡੂਰ ਵਾਲੇ ਦਾ। ਚੱਲ ਵੀ ਨੌਜਵਾਨ ਪਾ ਵੀ ਕਬੱਡੀ ਮਾੜੀ ਪਿੰਡ ਦਾ ਸਿਕੰਦਰ ਸਿੰਘ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ। ਦੇਖਦੇ ਵੀ ਇੱਧਰਲੇ ਬੰਨੇ ਨੌਜਵਾਨ ਪਾਉਂਦਾ ਹੋਇਆ ਕਬੱਡੀ ਖੇਡ ਮੈਦਾਨ ਦੇ ਅੰਦਰ ਕਿ ਕਬੱਡੀ ਦੇ ਵਿੱਚ ਫਰਕ ਨਹੀਂ ਕਦ ਲੰਬੇ ਛੋਟੇ ਦਾ, ਵਿੱਚ ਗਰਾਊਂਡ ਦੇ ਡਰ ਨਹੀਂ ਹੁੰਦਾ ਪਤਲੇ ਮੋਟੇ ਦਾ, ਚੁਸਤੀ ਫੁਰਤੀ ਦਾ ਪੇਚ ਸਿੱਖੇ ਕਮੇ ਆਉਂਦੇ ਨੇ, ਲੰਘੇ ਆਣੀਆਂ ਸ਼ਾਹ ਜਾਂਦੇ ਜੋ ਮਿਹਨਤ ਲਾਉਂਦੇ ਨੇ, ਕਿ ਲੰਘੇ ਆਣੀਆਂ ਸ਼ਾਹ ਜਾਂਦੇ ਜੋ ਮਿਹਨਤ ਲਾਉਂਦੇ ਨੇ, ਜੋ ਮਿਹਨਤਾਂ ਲਾਉਂਦੇ ਹੈ ਉਹੀ ਇਹਨਾਂ ਗਰਾਊਂਡਾਂ ਵਿੱਚ ਬੁੱਕਦੇ ਆਉਂਦੇ ਹੈ, ਦੁਨੀਆਂ ਤੇ ਨਾਂ ਕਮਾਉਂਦੇ ਹੈ। ਸਾਡੇ ਤੇਜ ਖੁਖਰਾਣਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਨੇ, 100 ਰੁਪਇਆ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ। ਨਾਲ ਹੀ ਹਰਨੇਕ ਸਿੰਘ ਜੀ ਸਾਡੇ ਜੌਲ ਸਾਹਿਬ ਧੱਲੇ ਕੇ ਪਿੰਡ ਵਾਲੇ ਯੂਕੇ ਵਾਲੇ ਬਹੁਤ ਸਾਰਾ ਮਾਣ ਪਿਆਰ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ। ਧੰਨਵਾਦ ਹੈ ਸਾਡੇ ਜੌਲ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਔਰ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਕੀਪਾ ਭਲੂਰੀਆਂ, ਦੇਖਦੇ ਵੀ ਜਿੱਥੋਂ ਦਾ ਕਹਿੰਦੇ ਮੇਜਰ ਬਰਾੜ ਨੂੰ ਦੁਨੀਆਂ ਜਾਣਦੀ ਹੈ, ਪੂਰੀ ਦੁਨੀਆਂ ਭਰ ਵਿੱਚ ਪ੍ਰਸਿੱਧ ਕਰ ਦਿੱਤਾ ਨਗਰ, ਕਬੱਡੀ ਦੇ ਖਿਡਾਰੀਆਂ ਨੇ, ਕਬੱਡੀ ਦੇ ਪ੍ਰਮੋਟਰਾਂ ਨੇ, ਕੁਲਵੀਰ ਭਲਵਾਨ ਵਰਗੇ, ਸ਼ਮਿੰਦਰ ਪੁਲਸੀਏ ਵਰਗੇ ਦੀਆਂ ਵੱਡੀਆਂ ਦੇਣਾਂ ਨੇ ਕਬੱਡੀ ਦੇ ਲਈ। ਪਰ ਇਸ ਸਮੇਂ ਗੱਲ ਕਹਿੰਦੇ ਵੀ ਮਾਂਗੇਵਾਲ ਦੇ ਨੌਜਵਾਨ ਗੱਭਰੂ ਬੱਬੂ ਦੀ ਹੈ, ਇੱਕ ਕਹਿੰਦੇ ਵੀ ਪੜਾਣੇ ਵਾਲਾ, ਇੱਕ ਜਲਾਲ ਵਾਲਾ, ਇੱਕ ਮਚਾਕੀ ਵਾਲਾ, ਦੁਨੀਆਂ ਦੇ ਪ੍ਰਸਿੱਧ ਖਿਡਾਰੀ ਨੇ। ਇਹ ਥੱਲੇ ਬਣੇ ਮਾਂਗੇਵਾਲ ਦਾ ਬੱਬੂ, ਕਦੇ ਮੁਦਗੀ ਦੇ ਬੱਬੂ ਦੀਆਂ ਗੱਲਾਂ। ਪਰ ਦੇਖਦੇ ਵੀ ਮਾਣੂ ਕੇ ਗਿੱਲਾਂ ਵਾਲਾ ਆਹ ਵੀ ਦੁਨੀਆਂ ਦਾ ਸਟਾਰ ਜਾਫੀ ਬਣ ਗਿਆ ਹੈ, ਬੂਟਾ ਮਾਣੂ ਕੇ ਗਿੱਲ ਪਿੰਡ ਦਾ। ਲਓ ਇਸ ਸਮੇਂ ਲਾਉਂਦਾ ਜਫਾ ਖੇਡ ਮੈਦਾਨ ਅੰਦਰ, ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ।
ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਰਮਾ ਲੋਹਾਰ ਪਿੰਡ ਦਾ ਕਿ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਰਹਿੰਦੇ ਬੜੇ ਪੰਜਾਬੀ ਉਹਨਾਂ ਮੁਲਕਾਂ ਦੇ ਵਿੱਚ ਯਾਰੋ ਸਾਡੀ ਟੌਰੇ ਨਵਾਬੀ ਕੁਝ ਗਏ ਮਾਲਵੇ ਦੇ ਵਿੱਚੋਂ ਕੁਝ ਗਏ ਮਾਝੇ ਵਿੱਚੋਂ ਪਰ ਜ਼ਿਆਦਾਤਰ ਲੋਕ ਉੱਥੇ ਰਹਿੰਦੇ ਨੇ ਦੁਆਬੀ ਲੰਘਿਆਣੀਆਂ ਬੇਅੰਤ ਗੱਲਾਂ ਸੱਚ ਦੱਸਦਾ ਤੇ ਮੇਰਾ ਰੰਗਲਾ ਪੰਜਾਬ ਸਦਾ ਰਹੇ ਵੱਸਦਾ ਮਕੰਦਪੁਰੀਆ ਤਨਾਲੀ ਹੈ ਔਰ ਦੂਸਰੇ ਪਾਸੇ ਵੇਖਦੇ ਵੀ ਲੋਹਾਂ ਪਿੰਡ ਦਾ ਕਰਮਾ ਹੈ ਛੱਬੀ ਤੇ ਸਤਾਈ ਤਰੀਕ ਵਕੀਲਾਂ ਵਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ ਜਿੱਥੇ ਦੋ ਪਲੇਅਰ ਬਾਹਰੋਂ ਖੇਡਣਗੇ ਸਤਾਈ ਅਠਾਈ ਉਨੱਤੀ ਸਾਪੂ ਵਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਹਾਂਜੀ ਮਾਸਟਰ ਜੀ ਇਸ ਮੈਚ ਤੋਂ ਮਗਰੋਂ ਕਮੈਂਟਰੀ ਦੀਆਂ ਸਵਾਵਾਂ ਗੁਰਜੀਤ ਸਿੰਘ ਜੀ ਸਨੇਰੀ ਨਿਭਾਉਣਗੇ ਹੈਲੋ ਨਾਲ ਸਾਡੇ ਰਾਜੂ ਕਾਲੀ ਯੂਐਸਏ ਵਾਲੇ ਦਿਲਬਾਗ ਗੱਜਣ ਬਹੁਤ ਹੀ ਮੇਰੇ ਵੀਰ ਪ੍ਰਸਿੱਧ ਬੁਲਾਰਾ 200 ਰੁਪਈਏ ਦਾ ਵੱਡਾ ਮਾਣ ਆਪਾਂ ਧੰਨਵਾਦ ਕਰਦੇ ਹਾਂ ਰਾਜੂ ਕਾਲੀ ਯੂਐਸਏ ਵਾਲੇ ਉਹ ਵੀ ਨਿੱਟ ਦੇ ਨਾਲ ਜੁੜੇ ਹੋਏ ਨੇ ਆਪਾਂ ਧੰਨਵਾਦ ਕਰਦੇ ਹਾਂ ਲਓ ਇੱਧਰ ਸਾਡੇ ਵੀਰ ਰਾਜੂ ਕਾਲੀ ਜੀ ਬਹੁਤ ਸਾਰਾ ਮਾਣ ਪਿਆਰ ਭੇਜਦੇ ਨੇ ਔਰ ਇੱਧਰ ਬੰਨੇ ਵੇਖਦੇ ਵੀ ਨੌਜਵਾਨ ਨੋਨਾ ਭੈਣੀ ਬਰਿੰਗਾ ਵਾਲਾ ਲੈ ਵੀ ਇੱਧਰ ਜਿੰਦਾ ਵੀ ਤੱਕਦਾ ਵੀ ਇਹਨਾਂ ਮੁਕਾਬਲਿਆਂ ਨੂੰ ਪੰਜਾਬ ਲਾਈਵ 1.com ਦੇ ਜ਼ਰੀਏ ਪਰ ਸੇਵਕ ਭਾਣੇ ਪਿੰਡ ਦਾ ਦੇਖਦੇ ਵੀ ਖੇਡ ਮੈਦਾਨ ਅੰਦਰ ਲੱਗਿਆ ਜ਼ੋਰ ਦਰਸ਼ਕੋ ਮਾਰੋ ਤਾੜੀਆਂ ਸਵਾਦ ਵੱਖਰਾ ਕਬੱਡੀ ਦਾ ਇਸ ਸਮੇਂ ਪੰਜਾਬੀਆਂ ਦੇ ਮਾਂ ਖੇਡ ਕਬੱਡੀ ਦੇ ਚੱਲਦੇ ਹੋਏ ਮੁਕਾਬਲੇ ਨੇ ਔਰ ਇੱਧਰ ਬਣੇ ਵੇਖਦੇ ਵੀ ਅਗਲੀ ਕਬੱਡੀ ਸੁੱਖਾ ਨੌਜਵਾਨ ਖਡੂਰ ਪਿੰਡ ਦਾ ਦੇਖਦੇ ਵੀ ਇੱਧਰ ਬਣੇ ਅਗਲੀ ਕਬੱਡੀ ਨੌਜਵਾਨ ਖਿਡਾਰੀ ਦੀ ਹੈ ਲਓ ਇੱਧਰ ਸਾਡੇ ਬਾਈ ਜੀ ਹੈਪੀ ਬਰਾੜ ਜੀ ਚੰਦਰਮਾ ਤੇ ਸਰਪੰਚ ਗੁਰਮੀਤ ਜੀ ਕੇਵਲ ਸੰਘਾ ਜੀ ਬਹੁਤ ਸਾਰਾ ਮਾਣ ਪਿਆਰ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ ਇੱਧਰ ਬਣੇ ਵੇਖਦੇ ਵੀ ਪੈਂਦੀ ਹੋਈ ਕਬੱਡੀ ਹੈ ਇੱਧਰ ਨਾਲ ਹੀ ਜਿੰਨੇ ਦਰਸ਼ਕ ਵੀ ਆਏ ਹੋਏ ਨੇ ਸਾਰੇ ਸੱਜਣਾਂ ਦਾ ਧੰਨਵਾਦ ਹੈ ਕਿ ਬੜੀ ਦੂਰੋਂ ਦੂਰੋਂ ਆਏ ਇਹ ਭੁੱਖੇ ਦੇ ਆਏ ਦੇਖ ਗੱਭਰੂਆਂ ਦੇ ਸਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜ ਕੇ ਤੇ ਅੱਜ ਬੋਲ ਦਾ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ ਅੱਜ ਬੋਲ ਦਾ ਕਬੱਡੀ ਦਾ ਜਨੂੰਨ ਅਗਲੇ ਮੈਚ ਲਈ ਡੀਏਵੀ ਕਾਲਜ ਬਠਿੰਡਾ ਤੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂ ਵਾਲੇ ਦੀਆਂ ਟੀਮਾਂ ਜਿਹੜੀਆਂ ਹੈਲੋ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ ਬਠਿੰਡਾ ਤੇ ਸਾਧੂ ਵਾਲਾ ਹੈਲੋ ਭਾਣੇ ਵਾਲੇ ਸੇਵਕ ਦੇ ਲਈ ਰਾਜੂ ਕਾਲੀ ਯੂਐਸਏ ਵਾਲਾ 100 ਰੁਪਈਏ ਦਾ ਵੱਡਾ ਮਾਣ ਕਰਦਾ ਭਾਣੇ ਵਾਲੇ ਸੇਵਕ ਦੇ ਲਈ ਲਾਲੀ ਸਾਡਾ ਵੀਰ ਮਿੰਟੂ ਮੱਲੀ ਤੇ ਕਾਕਾ ਮੱਲੀ ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ ਕੱਲਾ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਵੱਡੇ ਮਾਣ ਹੋਣਗੇ ਇਕਬਾਲ ਸਿੰਘ ਜੀ ਮੁਸਾਫਰ 100 ਰੁਪਈਏ ਦਾ ਵੱਡਾ ਮਾਣ ਹੋਵੇਗਾ ਨਾਲ ਰਾਜੂ ਕਾਲੀ ਯੂਐਸਏ ਵਾਲੇ ਉਹਨਾਂ ਵੱਲੋਂ ਵੀ ਵੱਡੇ ਮਾਣ ਹੋਣਗੇ ਨਾਲ ਲੱਖਾ ਕਾਲੀ ਜਿੰਨੇ ਵੀ ਜੱਫੇ ਲਾਵੇਗਾ ਉਹਦਾ ਵੀ ਵੱਡਾ ਮਾਣ ਹੋਵੇਗਾ ਸੋਹਣ ਹਾਂਕਾਂਗ ਪੱਪੂ ਹਾਂਕਾਂਗ ਤਾਰ ਲੰਘੇਣਾ ਅਸੀਂ ਧੰਨਵਾਦ ਕਰਦੇ ਸਾਰੇ ਦਾਨੀ ਸੱਜਣਾਂ ਦੇ ਇੱਧਰ ਬਣੇ ਕੱਲਾ ਵਾਲੇ ਮੰਗਲ ਦੇ ਲਈ ਸਾਡੇ ਵੀਰ ਕਾਕਾ ਮੱਲੀ ਜੀ ਔਰ ਨਾਲ ਹੀ ਮਿੰਟੂ ਮੱਲੀ ਜੀ ਇੱਧਰ ਕੱਲਾ ਵਾਲੇ ਮੰਗਲ ਦੇ ਲਈ ਹੈ 100 ਰੁਪਏ ਦੇ ਵੱਡੇ ਮਾਣ ਪਿਆਰ ਔਰ ਨਾਲ ਹੀ ਸਾਡਾ ਵੀਰ ਰਾਜੂ ਵੀ ਆਖਦਾ ਜਿੰਨੇ ਜੱਫੇ ਇਹ ਨੌਜਵਾਨ ਕੱਲਾ ਦੀ